ਸ਼੍ਰੀਕਾਲ ਜੀ, ਹੋਪਸੋ ਸਭ ਵਧੀਆ ਹੋਣਗੇ। ਅੱਜ ਜਿਸ ਸ਼ਖਸੀਅਤ ਨੂੰ ਅਸੀਂ ਲੈ ਕੇ ਆਏ ਹਾਂ, ਤੁਸੀਂ ਸਾਰੇ ਜਾਣਦੇ ਹੋ, ਇੰਸਟਾਗ੍ਰਾਮ ਤੇ ਤੁਸੀਂ ਵੀ ਫੋਲੋ ਕਰਦੇ ਹੋਵੋਗੇ ਜ਼ਰੂਰ, ਇੱਕ ਨਾ ਇੱਕ ਵਾਰ ਤੁਸੀਂ ਉਸ ਕਪਲ ਨੂੰ ਦੇਖਿਆ ਹੋਵੇਗਾ। ਜੀ ਹਾਂ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੂਜਾ ਐਂਡ ਗੁਰੂ ਜੀ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਭਾਜੀ। ਹੋਰ ਲਾਈਫ 'ਚ ਕੀ ਚੱਲ ਰਿਹਾ ਹੈ? ਬਸ ਕੁਝ ਨਹੀਂ ਭਾਜੀ, ਕੰਮ ਕਾਰ ਕਰੀ ਜਾਂਦੇ ਆ ਜੀ। ਅਗਰ ਸਟਾਰਟਿੰਗ ਤੋਂ ਗੱਲ ਕੀਤੀ ਜਾਵੇ ਪੂਜਾ ਐਂਡ ਗੁਰੂ ਦੀ, ਕਿ ਆਪਣਾ ਇੰਸਟਾਗ੍ਰਾਮ ਦੇ ਉੱਤੇ ਕਿਵੇਂ ਸਟਾਰਟ ਹੋਈ, ਇਸ ਲਾਈਨ ਦੇ ਵਿੱਚ ਕਿਵੇਂ ਆਏ ਆਪਾਂ? ਭਾਈ, ਪਹਿਲਾਂ ਤਾਂ ਮੈਨੂੰ ਹੀ ਸ਼ੌਂਕ ਸੀਗਾ ਜਿੱਦਾਂ ਵੀਡੀਓਜ਼ ਵਗੈਰਾ ਦਾ, ਤੇ ਮੇਰੀ ਨਾਨੀ ਤੇ ਮੇਰੇ ਬ੍ਰਦਰ ਨੇ ਬੜਾ ਸਾਥ ਦਿੱਤਾ ਇਸ ਚੀਜ਼ ਦੇ ਵਿੱਚ, ਹੈਨਾ। ਬਾਕੀ ਤਾਂ ਤੁਹਾਨੂੰ ਪਤਾ ਵੀ ਸਾਰੇ ਬੋਲਦੇ ਹੀ ਹੁੰਦੇ ਆ ਕਿ ਚੱਜਿਆ ਕੀ ਹੈ, ਹੈਨਾ। ਸੋ ਮੈਨੂੰ ਤਾਂ ਪਹਿਲਾਂ ਹੀ ਸ਼ੌਂਕ ਸੀਗਾ ਇਸ ਲਾਈਨ ਦੇ ਵਿੱਚ ਆਉਣਾ, ਮੈਨੂੰ ਵੀਡੀਓਜ਼ ਦਾ, ਸੌਂਗਸ ਦਾ। ਤੇ ਇੱਕ ਸਿਰਫ ਰੀਲ ਪਾਈ ਸੀਗੀ ਟਿਕਟੋਕ ਤੇ, ਮੈਂ ਇੱਕੋ ਹੀ ਵੀਡੀਓ ਪੋਸਟ ਕੀਤੀ ਸੀਗੀ। ਸੋ ਉਹਦੇ ਚ ਵਧੀਆ ਲਾਈਕ ਵਗੈਰਾ ਫੋਲੋਅਰਸ ਮੇਰੇ ਕਾਫੀ ਹੋ ਗਏ ਸੀ, 50K ਹੋ ਗਏ ਸੀਗੇ। ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਆਪਣੀ ਸ਼ੁਰੂਆਤ ਜਿਹੜੀ ਕੀਤੀ ਹੈ ਟਿਕਟੋਕ ਤੋਂ? ਟਿਕਟੋਕ ਤੋਂ ਕੀਤੀ ਹੋਈ ਹੈ। ਹਾਂਜੀ, ਕੀ ਕਹਿ ਰਹੇ ਸੀ? ਤੇ ਉਸ ਤੇ ਮੈਂ ਇੱਕ ਵੀਡੀਓ ਹੀ ਪਾਈ ਸੀਗੀ ਸਿੱਧੂ ਮੂਸੇ ਵਾਲੇ Song ਤੇ ਪਾਈ ਸੀਗੀ। ਓਕੇ ਜੀ। ਐਂਡ ਵਧੀਆ ਰੀਲ ਚੱਲੀ, ਮਿਲੀਅਨ ਤੱਕ ਗਈ ਸੀ ਉਹ ਕਾਫੀ। ਤੇ ਫਿਰ ਮੈਂ ਸੋਚਿਆ ਯਾਰ ਚਲੋ ਵਧੀਆ ਰਿਸਪੌਂਸ ਮਿਲਿਆ, ਆਪਾਂ ਹੋਰ ਵੀ ਅੱਗੇ ਬਣਾਵਾਂਗੇ, ਲੋਕਾਂ ਦਾ ਕੰਮ ਤਾਂ ਬੋਲਣਾ ਹੀ ਹੈ। ਸੋ ਆਪਾਂ ਆਪਣਾ ਕੰਮ ਦੇਖਣਾ, ਤੇ ਵਧੀਆ ਚੱਲੀ ਗਿਆ ਉੱਤੇ। ਸਾਨੂੰ ਇੰਨਾ ਨਹੀਂ ਪਤਾ ਸੀਗਾ, ਬਟ ਮੈਨੂੰ ਕਿ ਇੱਥੇ ਪ੍ਰਮੋਸ਼ਨਸ ਵਗੈਰਾ ਵੀ ਆਉਂਦੀਆਂ ਨੇ, ਬਸ ਮੈਨੂੰ ਇਹ ਸੀਗਾ ਉਹਦੇ ਤੇ ਲਾਈਕਸ ਵਗੈਰਾ ਵਧੀਆ ਆ ਰਹੇ ਆ, ਬਸ ਚੱਲੀ ਜਾਂਦਾ ਕੰਮ। ਜਿਵੇਂ ਕਿ ਤੁਸੀਂ ਪ੍ਰਮੋਸ਼ਨ ਦੀ ਗੱਲ ਕੀਤੀ, ਤੁਹਾਨੂੰ ਪ੍ਰਮੋਸ਼ਨ ਬਾਰੇ ਕਿੱਥੋਂ ਪਤਾ ਲੱਗਾ, ਕਿਹਨੇ ਦੱਸਿਆ? ਜਦੋਂ ਟਿਕਟੋਕ ਬੰਦ ਹੋ ਗਿਆ ਸੀ, ਉਸ ਤੋਂ ਬਾਅਦ ਇੰਸਟਾਗ੍ਰਾਮ ਤੇ ਰੀਲ ਇੱਕੋ ਹੀ ਅਪਲੋਡ ਕੀਤੀ ਸੀ, ਤੇ ਵਧੀਆ ਚੱਲੀ ਗਿਆ ਉਹਦੇ ਤੇ ਵੀ ਪ੍ਰੋਸੈਸ। ਮੈਂ ਕਿਹਾ ਚਲੋ ਇੱਕ ਰੀਲ ਪਾ ਕੇ ਦੇਖਦੇ ਆ ਵੀ ਚੱਲ ਗਈ ਤਾਂ ਠੀਕ ਹੈ। ਫੇਰ ਉਹ ਵੀ ਚੱਲੀ ਹੋਈ ਸੀਗੀ ਤੇ ਲੋਕੀ ਪਸੰਦ ਕਰਦੇ ਸੀਗੇ। ਫੇਰ ਉਸ ਤੋਂ ਬਾਅਦ ਸਾਡਾ ਵਿਆਹ ਹੋ ਗਿਆ ਸੀਗਾ, ਤੇ ਉਹਦੇ ਤੇ ਸਾਨੂੰ ਇੱਕ ਬੰਦੇ ਨੇ ਦੱਸਿਆ ਵੀ ਇੱਦਾਂ ਪ੍ਰਮੋਸ਼ਨਸ ਕਰਨੇ ਆ ਵੀ ਪੈਸੇ ਵਗੈਰਾ ਮਿਲਣਗੇ, ਹੈਨਾ। ਕੰਪਨੀ ਵਾਲੇ ਹੀ ਸੀਗੇ, ਜਿੱਦਾਂ ਬਾਜ ਡਿਜੀਟਲ, ਫਿਰ ਉਸ ਤੋਂ ਬਾਅਦ ਸਾਨੂੰ ਸਮਝ ਆ ਗਈ ਸੀ ਵੀ ਹਾਂ ਕੋਈ ਹੋਰ ਵੀ ਮਿਲਦਾ ਉਹਨਾਂ ਨੂੰ, ਆਪਣੇ ਮਤਲਬ ਰੇਟ ਵਗੈਰਾ ਦੱਸੋ ਤੇ ਵਧੀਆ। ਹਾਂਜੀ, ਪੂਜਾ ਜੀ ਐਂਡ ਗੁਰੂ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਆਪਣਾ ਪੋਡਕਾਸਟ ਸ਼ੁਰੂ ਕਰਦੇ ਹਾਂ ਤੁਹਾਨੂੰ ਕੁਐਸਚਨ ਲੋਕਾਂ ਨੂੰ ਪੁੱਛਦੇ ਹਾਂ ਕਿ ਆਪਣੀ ਤੁਸੀਂ ਫੈਮਿਲੀ ਦੇ ਬਾਰੇ ਦੱਸੋ ਥੋੜਾ ਜਿਹਾ, ਤਾਂ ਕਿ ਸਾਡੇ ਸਬਸਕ੍ਰਾਈਬਰਸ ਨੂੰ ਪਤਾ ਲੱਗ ਸਕੇ ਕਿ ਆਪਣੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ। ਮੇਰੇ ਭਾਜੀ, ਮੰਮੀ, ਡੈਡੀ, ਬ੍ਰਦਰ ਆ, ਮੇਰੀ ਸਿਸਟਰ ਆ ਜੀ, ਦੋ ਬ੍ਰਦਰ ਆ ਅਸੀਂ ਜੀ, ਮੇਰੇ ਦਾਦਾ ਜੀ, ਦਾਦੀ ਜੀ, ਸਾਰੇ ਹੀ ਆ। ਠੀਕ ਹੈ ਜੀ, ਸਾਡੀ ਬੜੀ ਫੈਮਿਲੀ। ਹਾਂਜੀ, ਠੀਕ ਹੈ ਜੀ। ਪੂਜਾ ਜੀ ਤੋਂ ਪੁੱਛਣਾ ਚਾਹਾਂਗੇ। ਮੇਰੀ ਫੈਮਿਲੀ ਚ ਮੇਰਾ ਬ੍ਰਦਰ ਹੀ ਆ, ਭਾਬੀ ਆ, ਬਸ ਅਸੀਂ ਦੋਨੋਂ। ਤੇ ਹੁਣ ਫਿਲਹਾਲ ਤੁਸੀਂ ਦੋਨੋਂ? ਹਾਂਜੀ, ਫਿਲਹਾਲ ਦੋਨੋਂ। ਠੀਕ ਹੈ ਜੀ। ਜਿਵੇਂ ਕਿ ਤੁਸੀਂ ਦੱਸਿਆ ਕਿ ਇੰਸਟਾਗ੍ਰਾਮ ਤੇ ਆਪਣਾ ਜਦੋਂ ਸ਼ੁਰੂਆਤ ਕੀਤੀ ਸੀਗੀ, ਲੋਕ ਬੈਡ ਕਮੈਂਟ ਕਰਦੇ ਹੋਣਗੇ ਜਾਂ ਗੁੱਡ ਕਮੈਂਟ ਕਰਦੇ ਹੋਣਗੇ, ਤੁਸੀਂ ਉਸ ਚੀਜ਼ ਨੂੰ ਕੀ ਲੈ ਕੇ ਚੱਲਦੇ ਹੋ? ਦੋਨੋਂ ਜਾਣੇ, ਦੋਨਾਂ ਨੂੰ ਕੁਐਸਚਨ ਹੈ ਮੇਰਾ ਕਿ ਦੋਨੋਂ ਜਾਣੇ ਉਸ ਚੀਜ਼ ਨੂੰ, ਪੋਜ਼ਿਟਿਵ ਕਮੈਂਟ ਨੂੰ ਔਰ ਨੈਗੇਟਿਵ ਕਮੈਂਟ ਨੂੰ ਕਿਵੇਂ ਲੈ ਕੇ ਚੱਲਦੇ? ਭਾਜੀ, ਲੋਕਾਂ ਦਾ ਕੰਮ ਆ ਬੋਲਣਾ ਜੀ, ਤੇ ਚਲੋ ਅਸੀਂ ਚੰਗਾ ਕਰਦੇ ਆ ਸਾਨੂੰ ਚੰਗਾ ਵੀ ਕਹਿੰਦੇ ਆ ਲੋਕੀ, ਤੇ ਚੰਗਾ ਕਹਿੰਦੇ ਤੇ ਨਾਲ ਮਾੜਾ ਵੀ ਕਹਿਣਾ ਆ ਭਾਜੀ ਲੋਕਾਂ ਨੇ ਜੀ। ਸਰ, ਮਤਲਬ ਲੋਕੀ ਇਦਾਂ ਜਿਆਦਾ ਸਾਡੇ ਤੇ ਇਹ ਚੁੱਕਦੇ ਆ, ਤੁਸੀਂ ਕੱਪੜੇ ਇਦਾਂ ਦੇ ਪਾਉਂਦੇ ਆ, ਘਰ ਤੁਹਾਡਾ ਕਿੱਦਾਂ ਦਾ, ਇਹਨੂੰ ਸਹੀ ਕਰ ਲਓ ਤੁਸੀਂ, ਬਈ
ਬਹੁਤ ਮਤਲਬ ਦੁੱਖ ਲੱਗਦਾ ਹੈ ਪੈਸੇ ਕਮਾਉਣੇ ਸਹੀ ਕਰ ਲੋ। ਇੱਕ ਕੁੜੀ ਦਾ ਕਮੈਂਟ ਸੀਗਾ ਕਿ ਕੱਪੜੇ ਨੀ ਕੰਮ ਆਉਣੇ ਹੈਗੇ, ਜਵੈਲਰੀ ਕੰਮ ਨੀ ਆਉਣੀ, ਤੁਸੀਂ ਆਪਣਾ ਘਰ ਸੈੱਟ ਕਰੋ ਹੈਨਾ। ਹੁਣ ਮੈਂ ਇੱਕ ਕਹਿਣਾ ਚਾਹੂੰਗੀ, ਹੁਣ ਮੇਰੇ ਕੋਲ ਖੁਦ ਕੋਲ ਨੀ ਇੰਨੇ ਪੈਸੇ ਵੀ ਜਿਹੜੇ ਮੈਂ ਆਪਣੇ ਸੂਟਾਂ ਦੀ ਸਮਾਈ ਤੇ ਲਾ ਸਕਾਂ, ਜਾਂ ਫਿਰ ਮੈਂ ਜਵੈਲਰੀ ਲਵਾਂ ਬਾਹਰ ਖਾਵਾਂ। ਇਹ ਸਾਨੂੰ ਪ੍ਰਮੋਸ਼ਨ ਦੇ ਥਰੂ ਆਉਂਦੇ, ਜਿਹੜੀ ਲਾਈਨ ਚ ਆਪਾਂ ਪਏ ਲੋਕੀ ਆਪਣੀ ਐਡ ਕਰਵਾਉਂਦੇ ਨੇ ਹੈਨਾ, ਆਪਾਂ ਉਹ ਚੀਜ਼ਾਂ ਕਰਨੀਆਂ ਹੀ ਆ। ਮੂਰੇ ਲੋਕ ਇਹ ਸਮਝਦੇ ਨੇ ਕਿ ਜੋ ਕੱਪੜੇ ਔਰ ਜੋ ਜਵੈਲਰੀ ਪਾਉਂਦੇ ਨੇ ਉਹ ਆਪ ਖਰੀਦਦੇ ਨੇ, ਬਟ ਇਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਜੋ ਪ੍ਰਮੋਸ਼ਨ ਕਰਾਉਂਦੇ ਨੇ, ਜਿੱਦਾਂ ਕਿ ਸਾਡੇ ਪੁਰਾਣੇ ਪੋਡਕਾਸਟ ਵਿੱਚ ਕਈ ਇਨਫਲੂਐਂਸਰਾਂ ਨੇ ਕਿਹਾ ਕਿ ਰੀਅਲ ਔਰ ਰੀਅਲ ਲਾਈਫ ਦੇ ਵਿੱਚ ਬਹੁਤ ਫਰਕ ਹੁੰਦਾ ਹੈਨਾ, ਤੇ ਹੋ ਸਕਦਾ ਨੇ ਕਿ ਉਸ ਹਿਸਾਬ ਦੇ ਹਾਲਾਤ ਨਾ ਹੋਣ ਕਿ ਪਹਿਲਾਂ ਘਰ ਨੂੰ ਹੋਰ ਬਹੁਤ ਪਰੇਸ਼ਾਨੀਆਂ ਹੁੰਦੀਆਂ ਨੇ, ਉਸ ਚੀਜ਼ ਨੂੰ ਲੈ ਕੇ ਬਹੁਤ ਕੁਛ ਸੋਚਣਾ ਪੈਂਦਾ। ਬਿਲਕੁਲ ਸਹੀ ਗੱਲ ਕਹੀ ਤੁਸੀਂ ਗੁਰੂ ਜੀ। ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਹਾਡੀ ਲਾਈਫ ਦੇ ਵਿੱਚ ਕੋਈ ਏਦਾਂ ਦਾ ਮੋੜ ਆਇਆ ਹੋਵੇ ਕਿ ਤੁਸੀਂ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਹੋਏ ਹੋਵੋ, ਹੈਪੀ ਮੂਮੈਂਟ ਕੋਈ ਰਿਹਾ ਹੋਵੇ ਕਿ ਅਨਐਕਸਪੈਕਟਡ ਕਿ ਹਾਂ ਵੀ ਏਦਾਂ ਵੀ ਹੋ ਸਕਦਾ ਸੀਗਾ ਕਦੀ। ਮੈਂ ਭਾਜੀ ਆਪਣੇ ਜਦੋਂ ਪਿੰਡ ਸੀਗਾ, ਹਾਂਜੀ ਪਿੰਡ ਮੇਰੇ ਤਾਂ ਹਾਲਾਤ ਥੋੜੇ ਏਦਾਂ ਹੀ ਸੀ। ਜਦੋਂ ਮੈਂ ਵਿਆਹ ਕਰਾਇਆ ਨਾ ਉਸ ਟਾਈਮ ਮੈਂ ਬਹੁਤ ਜ਼ਿਆਦਾ ਮਤਲਬ ਉਹ ਖੁਸ਼ੀ ਮਤਲਬ ਕਿ ਪੂਜਾ ਕਰਨ ਲਈ ਲੱਕੀ ਚਾਹ। ਹਾਂਜੀ ਜੀ, ਮੈਂ ਉਸ ਟਾਈਮ ਬਹੁਤ ਖੁਸ਼ ਸੀਗਾ ਜਦੋਂ ਮੇਰਾ ਵਿਆਹ ਹੋ ਗਿਆ ਸੀ, ਮੈਂ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਗਿਆ ਸੀ। ਹਾਂਜੀ, ਫਿਰ ਸੁਰਤ ਆਉਣ ਲੱਗੀ, ਸਾਰਾ ਕੁਝ ਪਤਾ ਲੱਗਣ ਲੱਗਾ ਵੀ ਦੁਨੀਆਦਾਰੀ ਕੀ ਚੀਜ਼ ਹੈ। ਉਸ ਟਾਈਮ ਮੈਂ ਬਹੁਤ ਖੁਸ਼ ਹੋਇਆ। ਠੀਕ ਹੈ ਜੀ, ਤੁਹਾਡੇ ਨਾਲ ਕੋਈ ਰਿਹਾ ਹੋਵੇ ਪੂਜਾ ਜੀ ਏਦਾਂ ਦਾ ਮੂਮੈਂਟ? ਮੇਰਾ ਕੁਛ ਨੀ ਭਾਈ, ਪਹਿਲਾਂ ਵੀ ਜ਼ਿੰਮੇਵਾਰੀ ਸੀ, ਹੁਣ ਵੀ ਜ਼ਿੰਮੇਵਾਰੀ ਹੈਗੀ ਆ। ਮੇਰੇ ਮਮ ਡੈਡ ਹਾਂਜੀ ਕਾਫੀ ਮਤਲਬ ਛੋਟੇ ਛੋਟੇ ਸੀਗੇ ਜਦੋਂ ਚਲੇ ਗਏ ਹਨਾ, ਤੇ ਮੇਰੀ ਨਾਨੀ ਨੇ ਮੈਨੂੰ ਸਾਂਭਿਆ ਉਦੋਂ। ਮੇਰਾ ਬ੍ਰਦਰ ਤਾਂ ਚਲੋ ਚੰਡੀਗੜ੍ਹ ਰਹਿੰਦਾ ਸੀਗਾ, ਸੋ ਉੱਚੀ ਨੰਗ ਨੂੰ ਵੀ ਗਿਆ। ਮੈਂ ਤਾਂ ਨਾਨੀ ਕੋਲ ਹੀ ਰਹੀ ਹਾਂ ਕਾਫੀ ਟਾਈਮ। ਓਕੇ ਓਕੇ, ਹਾਂਜੀ। ਤੁਹਾਨੂੰ ਦੋਹਾਂ ਨੂੰ ਕੁਐਸਚਨ ਪੁੱਛਣਾ ਚਾਹੂੰਗਾ ਕਿ ਪੂਜਾ ਐਂਡ ਗੁਰੀ ਦਾ ਮਿਲਾਪ ਕਿਵੇਂ ਹੋਇਆ, ਕਿਵੇਂ ਮਿਲੇ ਹੋ ਤੁਸੀਂ ਇੱਕ ਦੂਜੇ ਨੂੰ, ਇਹਦੇ ਪਿੱਛੇ ਦੀ ਸਟੋਰੀ ਥੋੜੀ ਜਿਹੀ ਸਾਨੂੰ। ਅਸੀਂ ਤਾਂ ਮੈਰੀ ਸੀਗੀ, ਹਾਂਜੀ ਸਾਡੇ ਗਵਾਂਢ ਜੀ ਸੀਗੇ। ਅੱਛਾ ਜੀ, ਉਹਨਾਂ ਦੀ ਰਿਸ਼ਤੇਦਾਰੀ ਸੀ ਇਹਨਾਂ ਨਾਲ। ਅੱਛਾ ਜੀ, ਤੇ ਇੱਦੀ ਬਸ ਜਾਗੋ ਤੇ। ਪਹਿਲਾਂ ਨਾ ਮੇਰੀ ਆਈਡੀ ਪੁੱਛਣ ਆਏ, ਆਈਡੀ ਕੀ ਹੈ, ਫਿਰ ਹੈ ਨਾ ਕੋਠੇ ਤੇ ਨੰਬਰ ਫੜਾਉਣ, ਨੰਬਰ ਮਿਲ ਜੂਗਾ ਕਿਸ ਤਰੀਕੇ ਦਾ। ਹਾਂ, ਉਦੋਂ ਇੰਨਾ ਪਤਾ ਨੀ ਸੀਗਾ, ਤੇ ਫਿਰ ਵਧੀਆ ਚੱਲਦੀ ਰਹੀ ਗੱਲਬਾਤ ਹੈ ਨਾ। ਫਿਰ ਮੇਰੀ ਨਾਨੀ ਨੂੰ ਪਤਾ ਲੱਗ ਗਿਆ ਸੀ, ਫਿਰ ਬੋਲੇ ਬੜੇ ਮੰਨਦੇ ਨੀ ਸੀਗੇ। ਨਾਲ ਨਾਲ ਘਰ ਸੀਗੇ ਤੁਹਾਡੇ? ਹਾਂਜੀ ਹਾਂਜੀ, ਮੇਰਾ ਵਿਆਹ ਕਰ ਦਿੱਤਾ ਸੀਗਾ ਹੈਨਾ ਪਹਿਲਾਂ ਕਿਸੇ ਹੋਰ ਨਾਲ, ਤੇ ਉੱਥੇ ਵੀ ਮੈਂ ਰਹੀ ਨੀ ਸੀਗੀ, ਮੇਰਾ ਮਨ ਹੀ ਨੀ ਸੀਗਾ ਪਹਿਲੀ ਗੱਲ, ਤੇ ਧੱਕੇ ਨਾਲ ਹੀ ਮੇਰਾ ਵਿਆਹ ਹੋ ਗਿਆ ਸੀਗਾ ਉੱਥੇ। ਤੇ ਮੁੜ ਕੇ ਫਿਰ ਮੇਰੀ ਨਾਨੀ ਨੂੰ ਕੈਂਸਰ ਹੋ ਗਿਆ ਸੀ, ਮੈਂ ਇੱਥੇ ਹੀ ਆ ਗਈ ਸੀ ਨਾਨਕੇ ਆਪਣੇ ਕਰਾਇਆ, ਤੇ ਇੱਥੇ ਹੀ ਰਹੀ। ਫਿਰ ਉਹ ਕਹਿੰਦੇ ਤੂੰ ਵੀਡੀਓਜ਼ ਵਗੈਰਾ ਨਹੀਂ ਪਾਉਣੀਆਂ ਮੇਰਾ, ਫਿਰ ਮੇਰੀ ਇਸ ਗੱਲੋਂ ਲੜਾਈ ਜ਼ਿਆਦਾ ਚੱਲਦੀ ਹੁੰਦੀ ਸੀ। ਮੈਨੂੰ ਜ਼ਿਆਦਾ ਸ਼ੌਂਕ ਮੇਰਾ ਇਹੀ ਕੰਮ ਨੂੰ ਹੀ ਸੀਗਾ ਵੀ ਹਾਂ ਵੀਡੀਓਜ਼ ਬਣਾਉਣੀਆਂ, ਤੇ ਉਹ ਨਹੀਂ ਮੈਂ ਛੱਡ ਸਕਦੀ। ਅੱਛਾ ਪੂਜਾ, ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਹੁਣ ਤੱਕ ਮਤਲਬ ਕਿ ਸੁਣਨ ਚ ਜੋ ਆਪਣੀ ਗੱਲ ਹੋਈ ਹੈ, ਤੁਹਾਨੂੰ ਰੋਕੇ ਗਿਆ ਹੈ ਕੋਈ ਐਸਾ ਪਰਸਨ ਜੋ ਤੁਹਾਨੂੰ ਸਪੋਰਟ ਕਰਦਾ ਹੋਵੇ ਇਸ ਚੀਜ਼ ਨੂੰ ਲੈ ਕੇ? ਮੇਰੇ ਹਸਬੈਂਡ, ਮੇਰੇ ਬ੍ਰਦਰ ਜੀ, ਪਹਿਲਾਂ ਦੋਨਾਂ ਉਹੀ ਹੈ, ਮੇਰੀ ਨਾਨੀ ਤੇ ਮੇਰੇ ਬ੍ਰਦਰ। ਫਿਰ ਇਹਨਾਂ ਨੇ ਵੀ ਨਹੀਂ ਰੋਕਿਆ ਕਦੀ, ਇਹਨਾਂ ਦੀ ਫੈਮਿਲੀ ਨੇ ਵੀ ਨਹੀਂ ਰੋਕਿਆ ਮੈਨੂੰ। ਹਾਂਜੀ ਵਧੀਆ, ਹਾਂਜੀ ਫੁੱਲ। ਹਾਂ,
ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਇਹਨਾਂ ਦਾ ਯੂਟਿਊਬ ਚੈਨਲ ਹੈ, ਪਲੀਜ਼ ਉੱਥੇ ਵੀ ਵਿਜ਼ਿਟ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਜੋ ਵਲੌਗ ਹੈ ਇਹਨਾਂ ਦੇ ਮਿਨੀ ਵਲੌਗ ਨੇ ਪੂਜਾ ਐਂਡ ਗੁਰੂ ਜੀ ਦੇ, ਉਹ ਤੁਹਾਨੂੰ ਪਤਾ ਲੱਗ ਸਕਣ। ਇਹਨਾਂ ਗੱਲਾਂ ਨੂੰ ਸਾਈਡ ਤੇ ਰੱਖ ਦਿਓ, ਕੋਈ ਇਹੋ ਜਿਹਾ ਤੁਹਾਡੇ ਨਾਲ ਕੋਈ ਕਿੱਸਾ ਹੋਇਆ ਹੋਵੇ, ਤੁਸੀਂ ਕਿਤੇ ਘੁੰਮਣ ਗਏ ਹੋਵੋ ਤੇ ਕੋਈ ਏਦਾਂ ਦਾ ਫੈਨ, ਕੋਈ ਡਿਫਰੈਂਟ ਜਿਹਾ ਫੈਨ ਮਿਲਿਆ ਹੋਵੇ ਜੋ ਜਿਹਨਾਂ ਦੀ ਤੁਸੀਂ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਹੋਵੋ। ਨੈਣਾ ਦੇਵੀ ਗਏ ਸੀ ਮੱਥਾ ਟੇਕਣ ਪਹਿਲੀ ਪਹਿਲੀ ਵਾਰ, ਸਾਨੂੰ ਇੱਕ ਲੇਡੀ ਮਿਲੀ ਸੀ, ਉਹਨਾਂ ਦਾ ਹੋਟਲ ਸੀ ਖੁਦ ਦਾ, ਤੇ ਉਹ ਨੀ ਸਮਝ ਕੇ ਵੀ ਚਲੋ ਸਾਡੇ ਮਤਲਬ ਘਰੇ ਚਲੋ ਆਪਾਂ ਉੱਥੇ ਬਹਿੰਦੇ ਹਾਂ। ਅਸੀਂ ਬੜੀ ਦੂਰ ਦਾ ਚੜਾਈ ਚੜ ਕੇ ਗਏ, ਮੈਨੂੰ ਬੜਾ ਗੁੱਸਾ ਚੜਿਆ, ਮੈਂ ਕਿਹਾ ਯਾਰ ਏਡੀ ਦੂਰ ਠੀਕ ਆ, ਓਕੇ ਮੈਨੂੰ ਬੜਾ ਅੱਗੇ ਤੋਂ ਕਹਿੰਦੇ ਅਗਰ ਨੈਕਸਟ ਟਾਈਮ ਆਇਆ ਕਰੋ ਕਿ ਕੋਈ ਨੀ ਸਾਡੇ ਹੈਗੇ ਆ ਇੱਧਰ ਦਾ, ਪਹਿਲਾਂ ਤਾਂ ਇੱਕ ਸੇਧ ਉੱਦਾਂ ਦੀ ਉੱਪਰ ਚੜ੍ਹਨਾ ਹੋਵੇ, ਬੜੀ ਦੂਰ ਚੜਾਈ 1.5 ਕਿਲੋਮੀਟਰ ਸਾਨੂੰ ਤੋਰ ਕੇ ਲੈ ਗਿਆ, ਉੱਥੇ ਫੇਰ ਵਾਪਸ ਅਸੀਂ ਮਸੀ ਤੁਰ ਕੇ ਆਏ। ਫੀਮੇਲ ਫੈਨ ਹੁੰਦੀਆਂ ਨੇ ਭਾਜੀ ਉਹਨਾਂ ਨਾਲ ਕੋਈ ਏਦਾਂ ਦੀ ਮਿਲੀ ਹੋਵੇ ਜਿੱਥੋਂ ਸਾਡੀ ਕੋਈ ਗੱਲਬਾਤ ਮਤਲਬ ਏਦਾਂ ਦੀ ਹੋਈ ਹੋਵੇ ਗੁੱਸੇ ਵਾਲੀ ਜਾਂ ਕੁਛ ਵੀ। ਪਾਰਲਰ ਵਾਲੀਆਂ ਸੀਗਾ ਤੇ ਉਹ ਮੈਂ ਤਾਂ ਬਲਕਿ ਕਹਿਤਾ ਸੀਗਾ ਵੀ ਤੁਸੀਂ ਨਾ ਪਾਇਓ ਹੈ ਨਾ ਸਾਡੀ ਸਾਰੀ ਫੈਮਿਲੀ ਦੇ ਦਿੰਦੇ, ਮੂਵਮੈਂਟ ਕੀ ਹੋਇਆ ਸੀਗਾ ਮੂਵਮੈਂਟ ਇਦਾਂ ਵੀ ਫੋਟੋ ਕਰਾਉਣ ਆਏ ਹੁਣੇ ਆ ਵੀ ਹਸਬੈਂਡ ਉਹ ਹੀ ਪੂਜਾ ਦਾ ਤੁਸੀਂ ਸੀਗੇ ਨਾਲ? ਨਹੀਂ ਮੈਨੂੰ ਤਾਂ ਦੱਸਤਾ ਸੀਗਾ, ਮੈਨੂੰ ਦੱਸ ਦਿੱਤਾ ਸੀਗਾ ਇਦਾਂ। ਫੇਰ ਉਹਦਾ ਨਾ ਰਾਤੀ ਕਾਲ ਆਇਆ ਵੀ ਉਹਨਾਂ ਦੀ ਵਾਈਫ ਤਾਂ ਕਹਿੰਦੇ ਇਦਾਂ ਬੋਲਦੀ ਆ ਤੇ ਮੇਰਾ ਗੁੱਸਾ ਬੰਦੇ ਨੂੰ ਚੜ ਹੀ ਜਾਂਦਾ ਹੈ ਨਾ, ਕੋਈ ਕਿਸੇ ਦੇ ਹਸਬੈਂਡ ਨਾਲ ਇਦਾਂ ਫੋਟੋ ਕਰਾਊਗਾ ਤੇ ਮੈਂ ਹਟ ਗਿਆ, ਸੈਲਰੀ ਟਾਈਮ ਤੋਂ ਟਾਈਮ ਨੀ ਮਿਲਦੀ ਸੀ ਉੱਥੇ, ਤਾਂ 2-3 ਮਹੀਨੇ ਬਾਅਦ ਮਿਲਦੀ ਸੀ ਜਾ ਕੇ, ਮਿਲਦੀ ਇਕੱਠੀ ਸੀ, ਇਦਾਂ ਨੀ ਵੀ ਸੈਲਰੀ ਦਿੰਦੇ ਨੀ। ਉਸ ਟਾਈਮ ਤੇ ਤੁਸੀਂ ਇੰਸਟਾਗ੍ਰਾਮ ਵੀ ਯੂਜ਼ ਕਰਦੇ ਸੀ? ਹਾਂਜੀ ਹਾਂਜੀ, ਇਹ ਘਰੇ ਹੁੰਦੇ ਸੀ, ਮੈਂ ਕੰਮ ਤੇ, ਮੇਰਾ ਵਧੀਆ ਸੀ ਇਦਾਂ ਕੰਮ, 10 ਵਜੇ ਜਾਂਦਾ ਸੀ ਮੈਂ, 5 ਵਜੇ ਆਪਾਂ, 4 ਵਜੇ ਘਰ, ਜੇ ਓਵਰ ਟਾਈਮ ਲਗਾਣਾ ਕਈ ਵਾਰੀ 12-12 ਵੀ ਵੱਜ ਜਾਂਦੇ ਸੀ ਰਾਤ ਦੇ, ਕਈ ਵਾਰੀ ਛੇਤੀ 2 ਘੰਟੇ ਚ ਵਿਹਲੇ ਹੋ ਜਾਣਾ, ਫਿਰ ਉੱਥੋਂ ਮੈਂ ਕਿਸੇ ਕਾਰਨ ਹਟ ਗਿਆ, ਫਿਰ ਇਧਰੋਂ ਜਿਹੜੇ ਪ੍ਰਮੋਸ਼ਨ ਕਿਤੇ ਕਰਨ ਜਾਣਾ ਹੁੰਦਾ, ਫਿਰ ਦੂਰ ਫਿਰ ਇਕੱਲੇ ਵੀ ਨੀ ਕਿਤੇ ਘੱਲ ਸਕਦਾ, ਤੁਹਾਨੂੰ ਪਤਾ ਮਾਹੌਲ ਨੀ ਇੱਦਾਂ, ਫਿਰ ਲੋਕੀ ਉਦਾਂ ਦੇਖ ਕੇ ਟਿਚਰ ਜੀ ਕਰਦੇ ਆ, ਫਿਰ ਇਸ ਲਈ ਮੈਨੂੰ ਫਿਰ ਜਾਣਾ ਪੈਂਦਾ ਇਹਦੇ ਨਾਲ।
ਵੀ ਜੇ ਕਿਤੇ ਮੈਨੂੰ ਕੰਮ ਮਿਲ ਜਾਂਦਾ ਆ ਉਦੋਂ ਮੈਂ ਕਈ ਕੰਮ ਕਰ ਲੈਂਦਾ ਰੰਗ ਦਾ ਫਿਰ ਸਾਰੇ ਹੀ ਕੰਮ ਆਪਾਂ ਕਰ ਲਈਦੇ ਆ ਕਿਸੇ ਨਾ ਕਿਸੇ ਨਾਲ ਮੈਂ ਚੱਲ ਜਾਂਦਾ ਹੁੰਦਾ ਕਈ ਵਾਰੀ ਬਾਈ ਮੈਨੂੰ ਇਕੱਲੇ ਵੀ ਜਾਣਾ ਪੈਂਦਾ ਨਾ ਕਈ ਲੋਕੀ ਐ ਵੀ ਸੜਕ ਕ੍ਰੋਸ ਕਰਨੀ ਏਦਾਂ ਮੈਨੂੰ ਯਾਦ ਆ ਗਿਆ ਤੇ ਤੁਸੀਂ ਇਕੱਲੇ ਹੀ ਹੋ ਤੁਸੀਂ ਇੱਥੇ ਜੋਬ ਵਗੈਰਾ ਕਰਦੇ ਹੋ ਤੁਸੀਂ ਜਾਣਦੇ ਨੀ ਪਛਾਣਦੇ ਨੀ ਤੁਸੀਂ ਬੰਦੇ ਨੂੰ ਪੁੱਛਣ ਲੱਗੇ ਆ ਹਾਂ ਉਦਾਂ ਹੀ ਹਾਂ ਬਸ ਹਾਂ ਏਦਾਂ ਲੋਕੀ ਫਿਰ ਇਕੱਲਿਆਂ ਨੂੰ ਦੇਖ ਕੇ ਏਦਾਂ ਕਰਦੇ ਆ ਵੀ ਇਕੱਲੀ ਕੁੜੀ ਆ ਏਦਾਂ ਫਿਰ ਆਪਾਂ ਵੀ ਇੱਕ ਕਹਿ ਸਕਦੇ ਆ ਕਿ ਵੱਡੇ ਸ਼ਹਿਰਾਂ ਚ ਥੋੜੇ ਬੈਕਵਰਡ ਏਰੀਆ ਚ ਥੋੜਾ ਇਹ ਚੀਜ਼ ਦਾ ਫਰਕ ਪੈਂਦਾ ਹੈ ਹਾਂਜੀ ਜੀ 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 ਤੇ ਹੁਣ ਪੁੱਛਣਾ ਚਾਹਾਂਗੇ ਕਿ ਜਿੱਦਾਂ ਅਗਰ ਤੁਹਾਨੂੰ ਇਨ ਫਿਊਚਰ ਕੋਈ ਪੰਜਾਬੀ ਫਿਲਮ ਜਾਂ ਕੋਈ ਆਪਣੇ ਹਾਲੀਵੁੱਡ ਮੂਵੀ ਦੇ ਵਿੱਚ ਸਾਨੂੰ ਦੋਹਾਂ ਨੂੰ ਆਫਰ ਮਿਲਦਾ ਹੈ ਠੀਕ ਹੈ ਤੇ ਤੁਸੀਂ ਟਰਾਈ ਕਰੋਗੇ ਹਾਂਜੀ ਜ਼ਰੂਰ ਜ਼ਰੂਰ ਜੀ ਬਿਲਕੁਲ ਤੇ ਕੋਈ ਪਲਾਨਸ ਨੇ ਕੋਈ ਆਫਰ ਆਈ ਹੈ ਹਲੇ ਤੱਕ ਆਈ ਸੀਗੀ ਭਾਈ ਤੇ ਉਹਦੇ ਚ ਮੇਰਾ ਪਾਸਪੋਰਟ ਨਹੀਂ ਸੀਗਾ ਹਾਂਜੀ ਪਾਸਪੋਰਟ ਨਹੀਂ ਸੀਗਾ ਉਹ ਮੰਗਦੇ ਸੀਗੇ ਛੇਤੀ ਛੇਤੀ ਪੰਦਰਾਂ ਦਿਨਾਂ ਵਿੱਚ ਇੰਟਰਵਿਊ ਦੇਣਾ ਸੀ ਚੰਡੀਗੜ੍ਹ ਦੇਣੀ ਸੀ ਉਹ ਪਾਸਪੋਰਟ ਕਰਕੇ ਪੰਜਾਬੀ ਮੂਵੀ ਦਾ ਹਾਂਜੀ ਦਲਜੀਤ ਦੀ ਮੂਵੀ ਓਕੇ ਓਕੇ ਕਿਹੜੀ ਸੀ ਹੌਸਲਾ ਰੱਖ ਹੌਸਲਾ ਫਿਰ ਉਹ ਰਹਿ ਗਿਆ ਓਕੇ ਉੱਥੋਂ ਬਹੁਤ ਪਾਸਪੋਰਟ ਬਣਾ ਲਿਆ ਹੁੰਦੀ ਰਹਿੰਦੀ ਰਾਤ ਨੂੰ ਮੈਂ ਲੇਟ ਸੋਨਾ ਏਦਾਂ ਪਹਿਲੇ ਹੀ ਸੋਂਦੇ ਆ ਐਡਿਟ ਆਪਣੀ ਵੀਡੀਓ ਐਡਿਟ ਕਰਕੇ ਪੈ ਜਾਣਾ ਹੈ ਛੇਤੀ ਮੈਂ 1 2 ਵਜੇ ਤੱਕ 1 ਮਿੰਟ ਰੁਕੂੰਗਾ ਤੁਸੀਂ ਵੀਡੀਓ ਜੋ ਵੀ ਐਡਿਟ ਕਰਦੇ ਖੁਦ ਐਡਿਟ ਕਰਦੇ ਹਾਂਜੀ ਕੀ ਬਾਤ ਹੈ ਓਕੇ ਹਾਂਜੀ ਕੀ ਕਹਿ ਰਹੇ ਸੀਗੇ ਇਹਨਾਂ ਨੇ ਇਦਾਂ ਰਾਤ ਨੂੰ ਪੈ ਨੇ ਇਹਨਾਂ ਨੂੰ ਪਤਾ ਨਹੀਂ ਕੀ ਡਰਾਵਨੇ ਸੁਪਨੇ ਹੋਣੇ ਜੋ ਇਦਾਂ ਦਿਨੇ ਸੋਚੀ ਜਾਣਾ ਨਾ ਉਹੀ ਰਾਤ ਨੂੰ ਇਦਾਂ ਪੈ ਨੇ ਬੋਲੇ ਜਾਣਾ ਹਾਂਜੀ ਮੈਨੂੰ ਡਰਾ ਦੂਗੀ ਉਹ ਮੇਰੀ ਨਾਨੀ ਆ ਗਈ ਮੈਨੂੰ ਫੜ ਲਾ ਮੇਰਾ ਗਲਾ ਫੜੂ ਗਿਆ ਕੇ ਮੈਨੂੰ ਡਰ ਲੱਗੂਗਾ ਇਕੱਲੇ ਨੂੰ ਪੈ ਬ੍ਰਦਰ ਹੈ ਇਹਦਾ ਸੁੱਖਾ ਉਹ ਵੀ ਇੱਦਾਂ ਕਰੂਗਾ ਮੈਨੂੰ ਫੜ ਲਓ ਮੈਂ ਫੜ ਲੈਣਾ ਤੁਹਾਨੂੰ ਮੈਨੂੰ ਛੱਡ ਦੋ ਮੈਨੂੰ ਬਹੁਤ ਰਾਤ ਨੂੰ ਡਰ ਲੱਗਦਾ ਦਿਨੇ ਏਦਾਂ ਕੋਈ ਗੱਲ ਨੀ ਰਾਤ ਨੂੰ ਮੈਂ ਇਕੱਲਾ ਹੀ ਹੁੰਦਾ ਇਹ ਸੁੱਤੇ ਪਏ ਹੁੰਦੇ ਬੋਲਦੇ ਮੈਂ ਇਕੱਲਾ ਹੀ ਬਾਹਰ ਆ ਕੇ ਪੈ ਜਾਂਦਾ ਹੁੰਦਾ ਬਈ ਇਕੱਲੇ ਹੀ ਬੋਲਦੇ ਰਹਿੰਦੇ ਦੋਨੇ ਜਾਣੇ ਕਈ ਵਾਰੀ ਨਾ ਸੋ ਜਾਂਦੇ ਜਲਦੀ ਫਿਰ ਕਈ ਵਾਰੀ ਮੈਂ ਨਾ ਇਕੱਲੀ ਹੁੰਦੀ ਏਦਾਂ ਪਈ ਰੇਲ ਨਾਲ ਹੀ ਤੇ ਕਈ ਵਾਰੀ ਪਾਣੀ ਦਿਓ ਮੈਨੂੰ ਜਾਣ ਕੇ ਮੰਗੀ ਜਾਣਾ ਰੱਖੀ ਕੋਲ ਜਾਣਾ ਆ ਜਾਣ ਕੇ ਕਹੀ ਜਾਣਾ ਮੈਨੂੰ ਆਹ ਪੜਾ ਦੋ ਮੈਨੂੰ ਆਹ ਪੜਾ ਦੋ ਤੁਸੀਂ ਜਾਗਦਾ ਰਹਿ ਮੈਨੂੰ ਨੀਂਦ ਨੀ ਆਉਣੀ ਬ੍ਰਦਰ ਕਈ ਵਾਰੀ ਇੱਧਰ ਪੈ ਜਾਂਦਾ ਰਿਸ਼ਤੇਦਾਰ ਆ ਜਾਂਦੇ ਜਾਂ ਬ੍ਰਦਰ ਇਹਦਾ ਆ ਜਾਂਦਾ ਇਹ ਇੱਧਰ ਆ ਜਾਂਦਾ ਫਿਰ ਡਰਦੀ ਰਹਿੰਦੀ ਮੈਂ ਵੀ ਉਹ ਘਰੇ ਮੈਂ ਸੌ ਜਾਣਾ ਹਲੇ ਥੋੜੇ ਕ ਦਿਨਾਂ ਦੀ ਗੱਲ ਆ ਅਸੀਂ ਦੋਨੇ ਪਹਿਲਾਂ ਇੱਥੋਂ ਆਉਂਦੇ ਪਏ ਸੀ ਦਰਵਾਜੇ ਤੋਂ ਹੀ ਤੇ ਇੱਕਦਮ ਹੀ ਕੋਈ ਬੱਚਾ ਹਾਂਜੀ ਗਲੀ ਚ ਮੋਟਰਸਾਈਕਲ ਤੇ ਸੀਗੇ ਅਸੀਂ ਉਹ ਕੋਈ ਹੈ ਨਾ ਕੋਲ ਜੇ ਏਦਾਂ ਕੋਈ ਲੰਘਿਆ ਮੈਂ ਕਿਹਾ ਚੱਲ ਇੰਨੀ ਜਲਦੀ ਤਾਂ ਨੀ ਕੋਈ ਪਹੁੰਚ ਗਿਆ ਹੋਊਗਾ ਜਦ ਅਸੀਂ ਅੱਗੇ ਜਾ ਕੇ ਦੇਖਿਆ ਉੱਥੇ ਵੀ ਕੋਈ ਨੀ ਬੱਚਾ ਸਾਡੇ ਮੋਰ ਦੀ ਤਾਂ ਆਵਾਜ਼ ਵੀ ਆ ਰਹੀ ਹੱਸ ਰਿਹਾ ਆ ਮੈਂ ਤੇਜ਼ ਬਾਈ ਕੀਤੀ ਮੈਂ ਕਿਹਾ ਦੇਖਦਾ ਕੌਣ ਆ
ਕਿਉਂਕਿ ਇੱਥੇ ਸਾਡੀ ਗਲੀ ਚ ਕੋਈ ਕਿਸੇ ਬੱਚੇ ਦਾ ਘਰ ਨਹੀਂ, ਉਹ ਲਾਸਟ ਤੇ ਹੀ ਆ। ਹੋਟਲ ਚ ਸਾਡੇ ਨੇ ਬਹੁਤ ਵਾਰੀ ਏਦਾਂ ਹੋਇਆ, ਜਿੱਦਾਂ ਕਿਤੇ ਅਸੀਂ ਘੁੰਮਣ ਗਏ ਰੂਮ ਲਿਆ ਉੱਥੇ ਨੀ ਸਾਨੂੰ ਨੀਂਦ ਆਉਂਦੀ ਕਈ ਵਾਰੀ, ਏਦਾਂ ਡਰ ਤਾਂ ਨਹੀਂ ਹੁੰਦਾ ਮਤਲਬ ਵੈਸੇ ਹੀ ਏਦਾਂ। ਇਹ ਚੀਜ਼ ਤੁਸੀਂ ਮੰਨਦੇ ਹੋ ਕਿ ਹਾਂ ਵੀ ਜਦੋਂ ਆਪਾਂ ਲਾਈਕ ਪਹਾੜੀ ਏਰੀਆ ਚ ਜਾਂਦੇ ਆ ਉਧਰਲੀ ਸਾਈਡ ਤੇ ਏਦਾਂ ਦੀ ਚੀਜ਼? ਹਾਂਜੀ ਹਾਂਜੀ ਹਾਂਜੀ, ਮੈਂ ਵੀ ਸੁਣਿਆ ਹੈ ਕਿ ਜਿੱਦਾਂ ਲਾਈਕ ਅਸੀਂ ਵੀ ਗਏ ਸੀਗੇ ਲਾਸਟ ਟਾਈਮ ਤੇ ਉਦੋਂ ਇਹ ਚੀਜ਼ਾਂ ਕਾਫੀ ਮਤਲਬ ਸੁਣਨ ਦੇ ਵਿੱਚ ਆਈਆਂ ਸੀ ਏਦਾਂ ਏਦਾਂ ਹੁੰਦਾ ਹੈ ਉਹ ਵੀ ਮੰਨਦੇ ਮੰਨਦੇ। ਹਾਂਜੀ ਉੱਥੇ ਹੋਟਲ ਚ ਨਾ ਤਾਂ ਕੋਈ ਨੀ ਸੀਗਾ, ਇੱਕ ਸਾਨੂੰ ਉੱਥੋਂ ਹੀ ਡਰ ਪੈ ਗਿਆ ਸੀ ਜਦੋਂ ਕਿਸੇ ਨੇ ਰੂਮ ਨੀ ਲਿਆ ਸੀ ਉਹ ਹੋਟਲ ਚੱਲੇ, ਅਸੀਂ ਫਸਟ ਹੀ ਸੀਗੇ ਉਹਦਾ ਨਿਊ ਹੀ ਖੁੱਲਾ ਸੀ ਪਰ ਵਧੀਆ ਸੀ, ਉਹ ਡਰਾਵਨਾ ਜਿਹਾ ਸੀ ਇੱਦਾਂ ਉਹਦੀ ਲੋਕੇਸ਼ਨ ਜੀ ਵੀ ਜਿੱਦਾਂ ਅੰਦਰੋਂ ਡਿਜ਼ਾਈਨ ਇੱਦਾਂ ਕੀਤਾ ਹੋਇਆ ਸੀ ਬਹੁਤ, ਜਦੋਂ ਅਸੀਂ ਆ ਕੇ ਬਾਰਾਂ ਇੱਕ ਵਜੇ ਨਾ ਇੱਕ ਦਾ ਵਾਜਾਂ ਹੋਰ ਤਰ੍ਹਾਂ ਬਾਹਰੋਂ ਹੋਣ ਜੰਗਲ ਟਾਈਪ ਹੁੰਦਾ ਆ ਵਾਜਾਂ ਇੱਦਾਂ ਡਰ, ਮੰਕੀ ਅੰਦਰ ਆ ਗਿਆ ਗੇਟ ਖੁੱਲਾਂ ਗਾ ਉਹ ਕਦੀ ਬਾਥਰੂਮ ਚ ਫੜੇ ਕਦੀ ਕਿਤੇ, ਅਸੀਂ ਤਾਂ ਦੌੜੇ ਫਿਰੀ ਉਹਦਾ ਏਦਾਂ ਸੈਰ ਫੜੇ ਆ ਕੇ। ਸਹੀ ਗੱਲ ਆ, ਉਸ ਮਤਲਬ ਨਵਾਂ ਹੀ ਸੀਗੇ ਹਲੇ ਉਹਨਾਂ ਨੂੰ ਵੀ ਏਦਾਂ ਬਾਹਲਾ ਨਹੀਂ ਸੀਗਾ, ਜਦ ਤੇ ਅਸੀਂ ਕੁੰਡਾ ਖੋਲਦੇ ਸੀ ਕੁੰਡਾ ਤਾਂ ਖੋਲਣਾ ਹੀ ਨਹੀਂ ਦਿੰਦਾ ਸੀ ਸਾਨੂੰ, ਇੰਨੇ ਇੰਨੇ ਮੋਟੇ ਮੋਗੀ ਸੀ ਅੱਛਾ ਰੂਮ ਨਹੀਂ ਮਿਲਿਆ ਸਾਨੂੰ। ਗੁਰੂ ਜੀ ਤੁਸੀਂ ਸਾਨੂੰ ਦੱਸ ਰਹੇ ਸੀ ਆਫ ਕੈਮਰਾ ਕਿ ਤੁਹਾਡੇ ਨਾਲ ਇੱਕ ਪੁਲਿਸ ਕੇਸ ਵੀ ਮਤਲਬ ਚੱਲ ਰਿਹਾ ਸੀਗਾ, ਕੋਈ ਇਸ਼ੂ ਆਇਆ ਸੀਗਾ ਨਾ? ਹਾਂਜੀ ਉਹ ਇਦਾਂ ਮੇਰਾ ਫਰੈਂਡ ਹੀ ਸੀ ਸਾਡੇ ਇੱਥੇ ਇੱਥੇ ਰਹਿੰਦਾ ਬੈਕ ਸਾਈਡ ਤੇ, ਹਾਂਜੀ ਉਹ ਕੋਈ ਕੁੜੀ ਕਾੜੀ ਦਾ ਉਹਦਾ ਕੋਈ ਚੱਕਰ ਸੀਗਾ, ਉਹਨੇ ਸਾਨੂੰ ਕੁਛ ਦੱਸਿਆ ਨੀ ਕੋਈ ਪੈਸੇ ਪੂਸੇ ਦਾ ਲੈਣ ਦੇਣ ਉਹਨਾਂ ਦਾ ਹੋਊਗਾ ਕੁਛ ਵੀ, ਉਹ ਪੁਲਿਸ ਸਾਡੇ ਘਰੇ ਆਈ ਵੀ ਇੱਦਾਂ ਵੀਡੀਓ ਪਾਈ ਸੀਗੀ ਅਸੀਂ ਉਹਨਾਂ ਨਾਲ ਵੀ ਕਿਸੇ ਨੇ ਪਤਾ ਨੀ ਦੱਸ ਦਿੱਤਾ ਹੋਊਗਾ ਬਾਹਰੋਂ ਵੀ ਇਹਨਾਂ ਕੋਲ ਰਹਿੰਦਾ ਸੀ ਉਹ ਵੀ ਸਾਡੇ ਕੋਲ ਆਏ ਵੀ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਜੇ ਮੁੰਡਾ ਨਾ ਮਿਲਿਆ, ਕਿਉਂ ਸਾਡਾ ਕੋਈ ਲੈਣਾ ਦੇਣਾ ਨੀ ਉਹਨਾਂ, ਸਾਡਾ ਫਰੈਂਡ ਆ ਕਿਉਂਕਿ ਉਹਦੇ ਪੁਰਾਣੇ ਫਰੈਂਡ ਹੋਰ ਵੀ ਬਹੁਤ ਆ ਇੱਥੇ ਉਹਨਾਂ ਨੂੰ ਕਿਸੇ ਕੋਲ ਨੀ ਕੋਈ ਗਿਆ, ਸਿਰਫ ਸਾਡੇ ਕੋਲ ਆਏ 15 ਦਿਨ ਸਾਡੇ ਕੋਲ ਰਿਹਾ ਸਿਰਫ ਉਹ ਸਾਡੇ ਕੋਲ ਹੀ ਆਏ, ਉਹ ਹੁਣ ਪਤਾ ਨੀ ਹਲੇ ਤੱਕ ਤਾਂ ਆਇਆ ਨੀ ਕੋਈ, ਬਾਕੀ ਦੇਖੋ ਨਿਬੜਦਾ ਕਿੱਦਾਂ ਹੁੰਦਾ ਉਹ ਮਤਲਬ ਸਾਡੇ ਤੇ ਹੀ ਆ ਰਿਹਾ ਹਲੇ ਤੱਕ। ਹਾਂਜੀ ਮਤਲਬ ਬੇਵਜ੍ਹਾ ਸਾਨੂੰ ਨਾ ਉਹ ਭਾਜੀ ਉਹਨੇ ਵੀਡੀਓਜ਼ ਵਗੈਰਾ ਦੇਖਿਆ ਹੋਣੀਆਂ ਨਾ ਤੇ ਉਹ ਕਹਿੰਦੇ ਹਾਂ ਹਾਂ ਇਹੀ ਹੈ ਪੂਜਾ ਗੁਰੀ, ਮਤਲਬ ਸਾਨੂੰ ਕੁਝ ਕਹਿ ਤਾਂ ਨਹੀਂ ਰਹੇ, ਕਹਿ ਤਾਂ ਨਹੀਂ ਸੀ ਵਧੀਆ ਸੀਗੇ ਜਿਹੜੇ ਆਏ ਕਹਿੰਦੇ ਸੀ ਫਰੈਂਡ ਤੌਰ ਤੇ ਗੱਲ ਕਰਨ ਆਏ ਆ ਵੀ ਇਹਦਾ ਜੇ ਤੁਹਾਨੂੰ ਕੁਝ ਪਤਾ ਲੱਗਣਾ, ਉਹ ਵੀ ਸਾਡੀ ਵੀਡੀਓ ਦੇਖਦੇ ਸੀ ਤੁਹਾਨੂੰ ਤਾਂ ਬਹੁਤ ਖੁਸ਼ ਹੋ ਗਏ ਦੇਖ ਕੇ, ਉਹ ਵੀ ਬਹੁਤ ਵਧੀਆ ਸੀਗੇ ਮਤਲਬ ਸਪੋਰਟਿਵ। ਹਾਂਜੀ ਨਹੀਂ ਅੱਜ ਕੱਲ ਪੁਲਿਸ ਜੋ ਹੈ ਬਹੁਤ ਸਮਝ ਸਨ, ਹਾਂਜੀ ਜਿਹੜੇ ਅੱਜ ਕੱਲ ਮੁੰਡੇ ਅੱਜ ਕੱਲ ਦੀ ਭਾਰਤੀ ਹੈ ਨਾ ਬਹੁਤ ਚੰਗੇ ਮੁੰਡੇ ਹੋਏ, ਬਿਲਕੁਲ ਬਿਲਕੁਲ ਡੋਗੀ ਵੀ ਰੱਖਿਆ ਹੋਇਆ ਹੈ। ਹਾਂਜੀ ਸਾਡੇ ਕੋਲ ਤਿੰਨ ਡੋਗੀ ਨੇ, ਦੋ ਪੱਗ ਇੱਕ ਪਪੀਲੀ, ਇਹ ਕਿੱਥੋਂ ਸ਼ੌਂਕ ਪਿਆ ਇਹ ਭਾਈ ਜਦੋਂ ਤੇ ਵਿਆਹ ਕਰਾਇਆ ਸੀ ਉਦੋਂ ਬਾਅਦ ਹੀ ਰੱਖ ਲਿਆ ਸੀ, ਮੈਨੂੰ ਜ਼ਿਆਦਾ ਸੀਗਾ ਮੈਂ ਪਿਆ ਆਪਣੇ ਘਰੇ ਰੱਖਦਾ, ਇਦਾਂ ਮੈਂ ਵੱਡੇ ਡੋਗ ਰੱਖੇ ਸੀਗੇ ਉਦੋਂ ਮੈਂ ਰੱਖਿਆ ਸੀ ਪਾਕਿਸਤਾਨੀ ਬੁਲੀ, ਮੈਨੂੰ ਘਰ ਤੋਂ ਸਿੱਧਾ ਖੂਹ ਤੇ ਲੈ ਆਏ ਜਿੱਦਾਂ ਮਿੱਟੀ ਚ ਉਹਨੇ ਪੈਣਾ, ਹਾਂ ਵੀ ਬੜਾ ਉਹ ਮੇਰੇ ਚਾਚੇ ਦਾ ਛੋਟਾ ਮੁੰਡਾ ਗਿਆ ਉਹਨੂੰ ਪੈ ਗਿਆ ਤੇ ਉਹ ਟਰੈਕਟਰ ਤੇ ਚੜ ਗਿਆ ਉਹ ਬਚ ਗਿਆ, ਉਹਨੇ ਆਪਣੇ ਵੱਡੇ ਭਰਾ ਨੂੰ ਫੋਨ ਕੀਤਾ ਚਾਚੇ ਤੇ ਮੇਰੇ ਮੁੰਡੇ ਨੂੰ ਵੀ ਆਈ, ਉਹ ਹਲੇ ਗੇਟ ਉਹਨੇ ਖੋਲਿਆ ਹੀ ਆ ਕੇ ਵੀ ਉਹਨੇ ਇੱਥੇ ਢਿੱਡ ਤੋਂ ਫੜ ਲਿਆ ਉੱਥੋਂ ਇੱਧਰ ਲਾਹ ਕੇ ਹਟਿਆ
ਏਦਾਂ ਨੀ ਵੀ ਜਿੱਥੇ ਦੰਦ ਪਾਉਂਦਾ ਏਦਾਂ ਖੋਲ ਲੈਂਦੇ ਸੀ, ਲੋਕ ਹੀ ਲਾ ਦਿੰਦੇ, ਲੋਕ ਲਾ ਲੈਂਦੇ ਉਹ ਬੱਖੀ ਚ ਨਾ ਮੁੱਕੇ ਮਰੀ ਗਏ, ਉਹਦੀਆਂ ਪਸਲੀਆਂ ਕੁੱਤੇ ਦੀਆਂ ਟੁੱਟ ਗਈਆਂ, ਉਹਨੇ ਪਸਲੀਆਂ ਟੁੱਟੇ ਟੁੱਟੇ ਤੇ ਵੀ ਅੰਗੂਠਾ ਲਾ ਲਿਆ, ਆ ਬਾਹਾਂ ਤੋਂ ਮਾਸ ਲਾ ਲਿਆ, ਢਿੱਡ ਤੋਂ, ਗਿੱਟੇ ਤੋਂ, ਉਹਦਾ ਛੱਡਿਆ ਨੀ, ਉਹ ਮੁੰਡੇ ਨੇ ਮਾਰ ਮਾਰ ਕੇ ਮੁੱਕੇ ਨਾ ਉਹਦੀਆਂ ਪਸਲੀਆਂ ਤੋੜਤੀਆਂ, ਲਾਸਟ ਤੇ ਉਹਦੇ ਡੰਡਾ ਮਾਰਿਆ ਨਾ, ਅਸੀਂ ਮਾਰਨਾ ਨੀ ਚਾਹੁੰਦੇ ਸੀ, ਮੈਂ ਬੜੇ ਸ਼ੌਂਕ ਨਾਲ ਰੱਖਿਆ ਸੀ ਉਹਨੂੰ, ਬੜਾ ਮੈਂ ਰੋਇਆ ਉਹਨੂੰ ਜਦੋਂ ਡੰਡਾ ਮਾਰ, ਪੂਰਾ ਅਗਰੈਸਿਵ ਹੋ ਗਿਆ ਸੀ, ਸਾਰਿਆਂ ਨੂੰ ਪੈਂਦਾ ਸੀ, ਏਦਾਂ ਬੁੜੀਆਂ ਲੰਘਦੀਆਂ ਸੀ ਨਾ ਲੱਤ ਤੋਂ ਫੜ ਕੇ ਘਰੀਂਚ ਕੇ ਲੈ ਗਿਆ ਏਦਾਂ ਬੁੜੀ, ਮੈਨੂੰ ਉੱਥੋਂ ਬਹੁਤ ਡਰ ਲੱਗਣ ਲੱਗ ਪਿਆ ਸੀ ਵੀ ਇਹ ਘਰ ਰੱਖਣ ਵਾਲਾ ਨੀ, ਉਹ ਦਿਨ ਗਿਆ ਫਿਰ ਮੈਂ ਘਰੇ ਨੀ ਕਦੇ ਰੱਖਿਆ, ਫਿਰ ਇੱਥੇ ਆ ਕੇ ਸਿੱਧਿਆ ਛੋਟੇ ਛੋਟੇ ਡੌਗ ਰੱਖੇ, ਹੁਣ ਛੋਟੇ ਡੌਗ ਮੈਂ ਵੀ ਦੇਖਿਆ, ਮੈਂ ਵੀ ਮਿਲਿਆ ਕੀ ਨਾਮ ਹੈ ਡੋਗੀ ਦਾ, ਫ੍ਰੀਡੀ ਹੈ ਡੇਜ਼ੀ ਆ, ਬਹੁਤ ਕਿਊਟ ਡੌਗ ਹੈ। ਮੈਡਮ ਪੂਜਾ ਮੈਡਮ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸੀਗਾ ਕਿ ਜਦੋਂ ਅਸੀਂ ਤੁਹਾਡੇ ਕਮੈਂਟ ਪੜ੍ਹ ਰਹੇ ਸੀਗੇ ਤਾਂ ਲੋਕਾਂ ਨੇ ਕਮੈਂਟ ਕੀਤਾ ਸੀ ਤੁਹਾਡੀ ਰੀਲ ਦੇ ਉੱਤੇ ਕਿ ਤੁਹਾਡੀ ਸ਼ਕਲ ਸੇਮ ਟੂ ਸੇਮ ਐਜ਼ ਸਿਮਰਨ ਢਾਡੀ ਨੂੰ ਮਿਲਦੀ ਹੈ, ਇਹਨੂੰ ਖੁਸ਼ੀ ਹੁੰਦੀ ਆ ਮੈਨੂੰ ਸੁਣ ਕੇ, ਸਾਰੇ ਕਹਿੰਦੇ ਪਿੰਡ ਵੀ ਜਾਓਗੇ ਉੱਥੇ ਵੀ, ਹੁਣ ਵੀ ਅਗਰ ਤੁਸੀਂ ਦੇਖ ਰਹੇ ਹੋਵੋਗੇ ਤਾਂ ਮੈਮ ਦੀ ਲੁੱਕ ਜਿੱਦਾਂ ਕਿ ਬਲੈਕ ਆਲ ਬਲੈਕ ਬਣੇ ਹੋਏ ਨੇ ਐਜ਼ ਲਾਈਕ ਸਿਮਰਨ ਢਾਡੀ ਮੈਮ ਵਾਂਗੂ ਨੇ, ਤੁਸੀਂ ਇਸ ਨੂੰ ਕੰਪਲੀਮੈਂਟ ਲੈਂਦੇ ਹੋ ਨਾ ਤੇ ਕਿੱਦਾਂ ਦਾ ਫੀਲ ਹੁੰਦਾ ਹੈ? ਬਹੁਤ ਘੈਂਟ, ਬਹੁਤ ਘੈਂਟ, ਹਾਂ ਮੈਨੂੰ ਉਦਾਂ ਵੀ ਉਹ ਬਹੁਤ ਵਧੀਆ ਲੱਗਦੇ ਆ, ਬਹੁਤ ਵਧੀਆ ਲੱਗਦੇ, ਹਾਂਜੀ ਗਾਣੇ ਵੀ ਉਹਨਾਂ ਦੇ, ਗਾਣੇ ਵੀ ਉਹਨਾਂ ਦੇ ਹੀ ਸੁਣੀਦੇ, ਕੀ ਬਾਤ ਹੈ ਜੀ। ਤੁਸੀਂ ਰੀਲਸ ਵੀ ਬਣਾਈਆਂ ਹੋਈਆਂ? ਹਾਂਜੀ ਉਹਨਾਂ ਤੇ, ਹਾਂ ਮੈਂ ਚੈੱਕ ਕਰ ਰਿਹਾ ਸੀ ਜਦੋਂ ਤੁਹਾਡੀ ਇੰਸਟਾਗ੍ਰਾਮ ਅਸੀਂ ਜਿੱਦਾਂ ਸਟੋਕ ਕਰੀਦੀ ਹੈ, ਸਭ ਤੋਂ ਪਹਿਲਾਂ ਕਿਸੇ ਵੀ ਜਦੋਂ ਪੋਡਕਾਸਟ ਕਰਦੇ ਆ ਨਾ ਪ੍ਰੋਫਾਈਲ ਸਟੋਕ ਕਰੀਦੀ ਹੈ, ਫਿਰ ਅਸੀਂ ਦੇਖੀਦਾ ਕਿ ਫਿਰ ਮੈਂ ਦੇਖੀ ਉਹਨਾਂ ਦੇ ਗਾਣਿਆਂ 'ਚ ਸੱਚ ਆ ਪੂਰਾ, ਵਧੀਆ ਵਧੀਆ, ਬਹੁਤ ਮੈਨੂੰ ਵਧੀਆ ਲੱਗਦੇ ਆ ਜੀ। ਆਪਾਂ ਜਿੱਦਾਂ ਕਿ ਅੱਜ ਕੱਲ ਆਰਟਿਸਟ ਦੇਖ ਰਹੇ ਹਾਂ, ਪੰਜਾਬੀ ਆਰਟਿਸਟ ਕਈ ਜੋ ਸਿੰਗਰ ਨੇ ਅੱਜ ਕੱਲ ਬਹੁਤ ਵਧੀਆ ਵਧੀਆ ਸਿੰਗਰ ਆ ਰਹੇ ਨੇ, ਕੋਈ ਤੁਹਾਡਾ ਫੇਵਰਿਟ ਸਿੰਗਰ ਹੋਵੇ? ਆਪਾਂ ਸਿੱਧੂ ਦੇ ਚੱਲਣਾ, ਮੇਰੇ ਫੋਨ 'ਚ ਇਸ ਟਾਈਮ ਗਾਣੇ ਵੀ ਉਹਨਾਂ ਦੇ ਸਾਰੇ, ਮੈਂ ਹੋਰ ਸੁਣਦਾ ਹੀ ਨਹੀਂ ਕਿਸੇ, ਮੈਂ ਵੀ ਸਿੱਧੂ ਮੁੱਛ ਸਿੱਧੂ, ਹੇਟ ਕਿਸੇ ਆਰਟਿਸਟ ਨੂੰ ਨਹੀਂ, ਸਾਰੇ ਵਧੀਆ, ਸਾਰੇ ਵਧੀਆ, ਹਾਂ ਆਪਣੇ, ਹਾਂਜੀ ਬਿਲਕੁਲ ਜੀ, ਫੀਮੇਲ 'ਚ ਸਿਮਰਨ ਕੌਰ ਦਾਦਲੀ, ਓਕੇ ਆ ਬਾਤ ਹੈ, ਲੁੱਕ ਵੀ ਮੈਚ ਕਰਦੀ ਹੈ ਤੁਹਾਡੀ ਨਾਲ ਜੀ, ਓਕੇ। ਤੇ ਹੁਣ ਆਪਾਂ ਅਗਰ ਇੰਸਟਾਗ੍ਰਾਮ ਅਗਰ ਮਤਲਬ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਕੀ ਕਹਿੰਦੇ ਨੇ ਪ੍ਰੋਮੋਸ਼ਨਸ ਨੇ ਉਹ ਕਿਸ ਹਿਸਾਬ ਨਾਲ ਆਉਂਦੀ ਹੈ ਤੁਹਾਡੇ ਕੋਲ? ਕੰਪਨੀ ਦੇ ਥਰੂ ਜਿੱਦਾਂ ਕੰਪਨੀ ਵਾਲੇ ਨਾਲ ਆਪਾਂ ਕੰਟੈਕਟ, ਮਤਲਬ ਬਾਹਰੋਂ ਕੋਈ ਹੈ ਤੁਹਾਡੇ ਨਾਲ ਕੰਟੈਕਟ ਕਰਨਾ? ਹਾਂ ਉਹ ਵੀ, ਉਹ ਵੀ ਕਰੀ, ਉਹ ਕਿੱਦਾਂ ਕਰੇ ਤੁਹਾਡੇ ਨਾਲ ਕੰਟੈਕਟ? ਜਿੱਦਾਂ ਆਪਾਂ ਨੂੰ ਕੋਈ ਮੈਸੇਜ ਕਰ ਸਕਦਾ ਆਪਾਂ ਚੈੱਕ ਕਰੀਦੇ ਆ? ਹਾਂਜੀ ਹਾਂਜੀ ਮੈਸੇਜ ਕਰੀਦੇ ਆ, ਸਾਰੀ ਚੈੱਕ ਕਰੀਦੇ ਆ। ਮੈਂ ਆਪਣੇ ਸਬਸਕ੍ਰਾਈਬਰਸ ਨੂੰ ਦੱਸ ਦੇਣਾ ਚਾਹੁੰਦਾ ਕਿ ਅਗਰ ਤੁਸੀਂ ਵੀ ਆਪਣੇ ਬਿਜ਼ਨਸ ਨੂੰ ਗਰੋ ਕਰਨਾ ਚਾਹੁੰਦੇ ਹੋ ਜਾਂ ਕਦੇ ਵੀ ਇਹਨਾਂ ਨਾਲ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਇੰਸਟਾਗ੍ਰਾਮ ਤੇ ਜਾਓ ਤੇ ਸ਼ੋਰ ਇਹ ਹੈ ਤੁਹਾਨੂੰ ਮਤਲਬ ਕਿ ਰਿਪਲਾਈ ਦੇਣਗੇ ਔਰ ਤੁਹਾਡੇ ਨਾਲ ਤੁਹਾਡੀ ਪ੍ਰਮੋਸ਼ਨ ਜ਼ਰੂਰ ਐਕਸੈਪਟ ਕਰਾਂਗੇ ਜੀ। ਪੂਜਾ ਮੈਮ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਜਦੋਂ ਤੁਹਾਡੀਆਂ ਪੁਰਾਣੀਆਂ ਵੀਡੀਓਜ਼ ਇੰਟਰਵਿਊ ਲਾਈਕ ਦੇਖਦੇ ਆ ਆਪਾਂ, ਉਦੋਂ ਆਪਾਂ ਦੇਖਦੇ ਹਾਂ ਕਿ ਉਹਦੇ ਵਿੱਚ ਇਹੀ ਗੱਲ ਕੀਤੀ ਜਾਂਦੀ ਹੈ ਕਿ ਬਲ ਸ਼ਬਦ, ਤੁਹਾਨੂੰ ਉਸ ਚੀਜ਼ ਤੋਂ ਜ਼ਿਆਦਾ ਮਤਲਬ ਕਿ ਕਿਉਂ ਪ੍ਰਮੋਟ ਕੀਤਾ ਜਾਂਦਾ ਹੈ? ਕੀ ਤੁਸੀਂ ਉਸ ਚੀਜ਼ ਨੂੰ ਮੰਨਦੇ ਹੋ ਕਿ ਹਾਂ ਵੀ ਅਗਰ ਮਤਲਬ ਨਾ ਖੁਸ਼ ਹੋ ਜਾਂ ਖੁਸ਼ ਹੋ? ਬਿਲਕੁਲ ਖੁਸ਼ ਹੋ, ਅਗਰ ਮਤਲਬ ਮੈਂ ਉਸ ਚੀਜ਼ ਨੂੰ ਜੱਜ ਨਹੀਂ ਕਰਨਾ ਚਾਹੁੰਗਾ ਕਿਸੇ ਵੀ ਇੰਟਰਵਿਊ ਵਾਲੇ ਨੂੰ ਲੈ ਕੇ, ਮੈਂ ਬਟ ਇਹ ਕਹਿਣਾ ਚਾਹੁੰਗਾ ਕਿ ਹਰ ਕਿਸੇ ਦੇ ਉਹਦੇ ਤੇ ਜਦੋਂ ਆਪਾਂ ਇੰਟਰਵਿਊ ਤੇ ਜਾਂਦੇ ਹਾਂ ਉਹ ਸੈਡ ਟਿਊਨ ਲਗਾਉਂਦੇ ਨੇ ਪਿੱਛੇ, ਤੇ ਤੁਹਾਨੂੰ ਇਸ ਤਰ੍ਹਾਂ ਦਿਖਾਇਆ ਜਾਂਦਾ ਕਿ ਤੁਸੀਂ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ ਹੋ, ਹੈ ਨਾ? ਤੇ ਉਸ ਚੀਜ਼ ਬਾਰੇ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਨਹੀਂ ਭਾਈ, ਦੁਖੀ ਤਾਂ ਨਹੀਂ, ਉਹ ਤਾਂ ਟਿਊਨ ਲਾ ਦਿੰਦੇ ਆ ਉਹ, ਬਾਕੀ ਆਪਾਂ ਵਧੀਆ ਰਹਿੰਦੇ ਆ ਜਿੱਦਾਂ ਦਾ ਵੀ ਹੈ ਨਾ ਸਾਡਾ, ਹਾਂ ਖੁਸ਼ ਆ, ਕੋਈ ਐਦਾਂ ਦਾ ਨਹੀਂ ਹੈਗਾ ਨਾ ਵੀ ਗਮ, ਜੋ ਕਿ ਨਹੀਂ ਕਿਤੇ ਬਾਹਰ ਕਿਸੇ ਕੋ ਛੱਤ ਵੀ ਨਹੀਂ ਹੈਗੀ, ਉਹ ਅਸੀਂ ਉਹਨਾਂ ਨੂੰ ਦੇਖਦੇ ਆ ਨਾ ਦੇਖ ਕੇ ਜਿਵੇਂ ਆਪਾਂ
ਘਰ ਕਿਉਂ ਨੀ ਬਣਾਉਂਦੇ ਗਾ, ਤੁਸੀਂ ਵੀ ਗੱਲ ਕਰ ਰਹੇ ਸੀਗੇ ਨਾ ਹੁਣ ਕੀ ਲੋਕੀ ਸੂਟਾਂ ਦੇ ਗੱਲਾਂ ਕਰਦੇ ਨੇ ਪ੍ਰਮੋਸ਼ਨ, ਕੀ ਘਰ ਕਿਉਂ ਨੀ ਬਣਾਉਂਦੇ ਗੇ? ਮੈਂ ਇਹ ਦੱਸਣਾ ਚਾਹੁੰਦਾ ਕਿ ਉਹ ਬਹੁਤ ਖੁਸ਼ ਨੇ, ਪਰ ਜੋ ਲੋਕ ਮਤਲਬ ਬਣਾ ਕੇ ਛੱਡ ਦਿੰਦੇ ਨੇ ਉਹ ਆਪਣਾ ਚਲੋ ਕੁਛ ਵੀ ਹੋਵੇ। 2 ਸਾਲ ਹੋ ਗਏ ਕਦੀ ਵੀ ਸੂਟ ਨੀ ਲਿਆ, ਇਹਦਾ ਇਹਨੂੰ ਬਾਹਰੋਂ ਜਿਵੇਂ ਇਹਦੀ ਬਾਹਰੋਂ ਹੀ ਆਉਂਦੀ ਇਹਨੂੰ, ਕਦੀ ਵੀ ਮਤਲਬ ਇਹਨੇ ਬਾਹਰੋਂ ਕੋਈ ਕੋਈ ਕੱਪੜਾ ਇਦਾਂ ਲੈ ਲਿਆ ਹੋਊਗਾ ਇਹਨੇ, ਪਰ ਸੂਟ ਤਾਂ ਕਦੀ ਇਹਨੇ ਬਾਹਰੋਂ ਲਿਆ ਨਹੀਂ। ਭਾਈ ਇਹ ਸੋਚਣ ਲੋਕੀ ਇਹ ਨਹੀਂ ਸੋਚਦੇ ਵੀ ਹਾਂ ਉਹਦੇ ਕੋਲ ਦੂਜੇ ਦਿਨ ਨਵਾਂ ਸੂਟ ਕਿੱਥੋਂ ਆਇਆ, ਕਿਹੜਾ ਮੈਨੂੰ ਕਿਹੜਾ ਹੈ ਬੰਦਾ ਜਿਹੜਾ ਮੈਨੂੰ ਸਟਿਚ ਕਰਕੇ ਵਧੀਆ ਦਿੰਦਾ ਹੈ ਨਾ। ਨਹੀਂ ਵੀ ਕੱਲੀ ਕੁੜੀ ਕਿੱਦਾਂ ਨਾ ਕਿੱਥੇ ਜਾਂਦੀ ਕੰਮ ਨੂੰ, ਉਹਨੂੰ ਐਪਰੀਸ਼ੀਏਟ ਕੀ ਕਰਨਾ ਵੀ ਥੱਲੇ ਸੈੱਟ ਦੇ ਲੋਕ, ਥੱਲੇ ਸੈੱਟ ਦੇ ਆ ਵੀ ਤੂੰ ਥੱਲੇ ਆ। ਇੱਕ ਕਹਿ ਦਿੰਦੇ ਨਾ ਕਿ ਬੰਦੇ ਕੋ ਜੇ ਤੂੰ ਆਪ ਨਹੀਂ ਕੁਛ ਹੁੰਦਾ ਹੈਗਾ ਉਹ ਦੂਸਰੇ ਪਾਸੇ ਨੂੰ ਵੀ ਦੇਖ ਕੇ ਕੁਛ ਨਹੀਂ ਹੁੰਦਾ। ਜੀ 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 ਬਿਲਕੁਲ। ਤੁਸੀਂ ਰੀਲ ਪਾਉਂਦੇ ਹੋ, ਤੁਹਾਡੇ ਕਮੈਂਟ ਆਉਂਦੇ ਹੋਣਗੇ, ਬੈਡ ਕਮੈਂਟ ਜਾਂ ਕੁਛ ਵੀ, ਕੋਈ ਏਦਾਂ ਦਾ ਕਮੈਂਟ ਰਿਹਾ ਹੋਵੇ ਜਿਹੜਾ ਤੁਹਾਨੂੰ ਹਰਟ ਕੀਤਾ ਹੋਵੇ ਦੋਨਾਂ ਨੂੰ? ਮਤਲਬ ਭਾਜੀ ਇਦਾਂ ਸਾਡੇ ਤੇ ਬੇਬੀ ਬਾਰੇ ਗੱਲ ਕਰਦੇ ਨੇ, ਸਾਨੂੰ ਉਹ ਬਹੁਤ ਜ਼ਿਆਦਾ ਦੁੱਖ ਲੱਗਦਾ ਉਹ ਚੀਜ਼ ਬਾਰੇ। ਲੋਕਾਂ ਨੂੰ ਪਤਾ ਨੀ ਵੀ ਸਾਡੇ ਨਾਲ ਕੀ ਕੁਛ ਹੋ ਚੁੱਕਾ ਹੈ ਨਾ, ਉਹ ਰੀਲ ਚ ਹੀ ਦੇਖਦੇ ਹੁਣ ਅਸੀਂ ਉਹ ਚ ਬੋਲ ਕੇ ਦੱਸਦੇ ਹਾਂ ਵੀ ਸਾਡੇ ਨਾਲ ਇੱਦਾਂ, ਵੀ ਲੋਕ ਕਹਿੰਦੇ ਆ ਵੀ ਇਹ ਨਹੀਂ ਕੀ ਕਮੈਂਟ ਕਰਦੇ ਨੇ ਵੀ ਬੇਬੀ ਨੀ ਹੋਇਆ ਤੇਰੇ ਚ ਕੋਈ ਪ੍ਰੋਬਲਮ ਆ ਜਾਂ ਕੁੜੀ ਚ ਕੋਈ ਪ੍ਰੋਬਲਮ ਆ, ਨੱਚਣਾ ਟੱਪਣਾ ਇਹ ਵੋ ਤੇ ਕਹਿੰਦੇ ਬੇਬੀ ਲਓ ਹੁਣ ਤੁਸੀਂ ਇਹ ਕਰੋ, ਦੱਸਦੇ ਆ ਏਦਾਂ ਕਰੋ। ਸਾਡਾ ਇੰਸਟਾ ਨੇ ਹੀ ਸਾਥ ਦਿੱਤਾ, ਕਿਸੇ ਹੋਰ ਨੇ ਨੀ ਸਾਥ ਦਿੱਤਾ। ਮੇਰੇ ਫਰੈਂਡ ਆ 2-3 ਬਾਹਰ ਆ ਉਹ ਮੇਰੇ ਪਿੰਡ ਵਾਲੇ, ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਇੰਸਟਾਗ੍ਰਾਮ ਜਿੰਨੇ ਵੀ ਸਾਡੇ ਫੈਨ ਨੀ ਸਾਡੇ ਭੈਣਾਂ ਭਰਾ ਹੀ ਸਾਰੇ ਹੀ ਨਾ, ਬਹੁਤ ਸਾਥ ਦਿੱਤਾ ਸਾਰਿਆਂ ਨੇ ਉਹਨਾਂ ਦੇ ਹੀ ਕਰਕੇ ਇਹਦਾ ਆਪਰੇਸ਼ਨ ਹੋ ਗਿਆ। ਹਾਂਜੀ ਇੱਕ ਕਪਿਲ ਰੋਲਾ ਉਹਨਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ, ਉਹਨੇ ਇੱਕ ਸਟੋਰੀ ਪਾਈ ਸਾਡੀ ਵੀ ਸਾਡੇ ਸਾਰੀ ਪ੍ਰੋਬਲਮਾਂ ਦਾ ਹੱਲ ਇੱਕ ਸਟੋਰੀ ਨੇ ਕਰ ਦਿੱਤਾ ਉਹਨੇ, ਏਦਾਂ ਸਾਡਾ ਬਹੁਤ ਕਪਿਲ ਰੋਲਾ ਉਹਨੇ ਸਾਡਾ ਸਾਥ ਬਹੁਤ ਦਿੱਤਾ। ਉਸ ਟਾਈਮ ਏਦਾਂ ਨਾ ਮੇਰੇ ਕੋਲ ਕੁਛ ਨੀ ਸੀਗਾ, ਨਾ ਸਾਡੇ ਨਾਲ ਕੋਈ ਖੜਦਾ ਸੀ, ਮਤਲਬ ਸਾਰੇ ਇਹੀ ਸੀ ਵੀ ਇਹ ਏਦਾਂ ਵਿਹਲੇ ਬੈਠੇ ਖਾਈ ਜਾਂਦੇ ਆ ਨਾ, ਕਿੱਦਾਂ ਕਰੀ ਜਾਂਦੇ ਆ, ਵਿਹਲੇ ਰਹਿੰਦੇ ਆ ਘਰੇ ਬੈਠੇ, ਪਤਾ ਨੀ ਕੀ ਕੁਛ ਮੰਗਾਉਂਦੇ ਰਹਿੰਦੇ, ਪਾਰਸਲ ਆਉਂਦੇ ਰਹਿੰਦੇ ਆ, ਲੋਕੀ ਬਾਹਰ ਸਾਨੂੰ ਨੋਟ ਕਰਦੇ ਆ ਲੋਕੀ ਕਿੰਨੇ ਪਾਰਸਲ ਆ ਰਹੇ ਆ, ਇਹ ਅੱਜ ਲਫਾਫਾ ਭਰ ਕੇ ਸਮਾਨ ਲੈ ਕੇ ਆਏ ਆ, ਇਹ ਕਿੱਥੋਂ ਲੈ ਜਾਂਦੇ ਆ, ਵਿਹਲੇ ਰਹਿੰਦੇ। ਲੋਕਾਂ ਨੂੰ ਬਹੁਤ ਤਕਲੀਫ ਆ ਇਹ ਚੀਜ਼ ਦੀ, ਬਹੁਤ ਜ਼ਿਆਦਾ ਤਕਲੀਫ ਆ। ਲੋਕੀ ਆਪਣੇ ਮੰਜੇ ਥੱਲੇ ਨੀ ਸੋਟਾ ਮੰਨ ਗਏ ਵੀ ਸਾਡਾ ਘਰ ਕਿੱਥੇ ਕੀ ਆ ਕੀ ਨਹੀਂ, ਬਸ ਸਾਡੇ ਦੋਨਾਂ ਵੱਲ ਦੇਖਣਾ ਮਾਸੀ ਦਾ ਬੇਟਾ ਲੜਕੀ ਉਹ ਮੇਰਾ ਸਾਡਾ ਬਹੁਤ ਕਰਦੇ ਆ, ਸਾਡੀ ਭਾਬੀ ਕਮੈਂਟਾਂ ਵਿੱਚ ਇਹੀ ਮਤਲਬ ਚੀਜ਼ ਨੋਟ ਕੀਤੀ ਸੀ, ਲੋਕ ਇਹੀ ਸੋਚਦੇ ਨਹੀਂ ਜਿੱਥੇ ਫੈਮਿਲੀ ਹੁੰਦੀ ਆ ਉਹ ਕੋਈ ਘਰ ਦੇ ਤੋਂ ਇਲਾਵਾ ਕੋਈ ਖੜਦਾ ਨੀ, ਕੋਈ ਯਾਰ ਨੀ, ਕੋਈ ਦੋਸਤ ਨੀ, ਮੇਰੀ ਵਾਈਫ ਆ ਤੇ ਮੇਰੇ ਘਰ ਦੇ ਆ, ਇਹ ਤੋਂ ਇਲਾਵਾ ਮੇਰੇ ਨਾਲ ਕੋਈ ਨੀ। ਮੈਂ ਤੇ ਪਰਚਾ ਵੀ ਪਿਆ ਸੀ ਨਾ ਪਿੱਛੇ, ਮੇਰੇ ਨਾਲ ਕੋਈ ਨੀ ਖੜਾ ਸੀ, ਜਿਹਨਾਂ ਕਰਕੇ ਮੈਂ ਪਰਚਾ ਪਵਾਇਆ ਸੀ ਨਾ, ਉਹ ਮੈਨੂੰ ਪੁੱਛਣ ਤੱਕ ਨੀ ਆਏ ਬੰਦਿਆਂ ਨੇ, ਮੇਰੇ ਘਰ ਜਾ ਕੇ ਮੈਨੂੰ ਫੋਨ ਮੇਰੇ ਘਰਦਿਆਂ ਕੋਲ ਵੀ ਨੀ ਅਫਸੋਸ ਕੀਤਾ ਵੀ ਕੀ ਗੱਲ, ਮੇਰੇ ਨਾਲ ਇਹ ਖੜੀ ਆ, ਮੈਂ ਅੰਦਰੋਂ ਇਹਨੂੰ ਫੋਨ ਕਰਦਾ ਰਿਹਾ ਮੈਨੂੰ ਇੰਨੇ ਪੈਸੇ ਚਾਹੀਦੇ ਮੈਨੂੰ, ਕਿਉਂਕਿ ਉੱਥੇ ਰੋਟੀ ਪਾਣੀ ਭਾਜੀ ਨਰਕ ਆ ਸੁਦਾ, ਰੋਟੀ ਪਾਣੀ ਖਾ ਨੀ ਹੁੰਦਾ। ਜੇ ਸਾਡੇ ਦੋਨਾਂ ਚ ਵੀ ਕੋਈ ਪ੍ਰੋਬਲਮ ਆ ਜਾਂਦੀ ਹੈ ਨਾ ਵੀ ਆ ਸਾਨੂੰ ਕਿਤੇ ਜਾਣਾ ਪੈਂਦਾ, ਸਾਡੇ ਡੌਗੀ ਏਦਾਂ ਕੁਛ ਵੀ ਹੈ, ਸਾਡੇ ਨਾਲ ਹੈਗਾ ਮੇਰਾ ਬ੍ਰਦਰ ਸੁੱਖਾ, ਉਹ ਸਾਡੇ ਨਾਲ ਰਹਿੰਦੇ ਹੀ ਰਹਿੰਦਾ ਹਰੇਕ ਵਾਰੀ, ਹਾਂ
ਚਾਹੇ ਜੋ ਮਰਜ਼ੀ ਆ, ਲੜੇ ਆ, ਕੁਛ ਵੀ ਆ, ਇਹੀ ਆ ਰਹਿੰਦਾ ਸਾਡੇ ਨਾਲ 24 ਘੰਟੇ ਹੀ ਰਹਿੰਦਾ। ਸਾਰੇ ਇੱਕੋ ਜਿਹੇ ਨੀ ਹੁੰਦੇ ਭਾਈ, ਸਾਰਿਆਂ ਦੀ ਸੋਚ ਅਲੱਗ ਅਲੱਗ ਚਾਹੀਦੀ ਆ, ਜਿੱਥੇ ਬੈਠੇ ਨਾ ਰੱਬ ਨੇ ਰੱਖਿਆ। ਬਹੁਤ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਮਤਲਬ ਜਿੱਥੇ ਜਿਹੜੇ ਹਾਲਾਤਾਂ ਵਿੱਚ ਹੋ ਬਹੁਤ ਖੁਸ਼ ਹਾਂ ਭਾਈ, ਇਕੱਠੇ ਆ ਦੋਨੇ ਫੈਮਿਲੀ ਕੋਲ ਆ ਭਾਜੀ, ਹੱਥ ਪੈਰ ਸਲਾਮਤ ਆ, ਇਸ ਤੋਂ ਵੱਧ ਹੋਰ ਕੀ ਆ ਭਾਜੀ। ਫੈਮਿਲੀ ਵੱਲੋਂ ਤੁਸੀਂ ਦੱਸ ਰਹੇ ਸੀਗੇ, ਫੈਮਿਲੀ ਵੱਲੋਂ ਪੂਰੀ ਸਪੋਰਟ? ਹਾਂਜੀ ਹਾਂਜੀ ਸਾਰੇ ਸਪੋਰਟ ਕਰਦੇ ਆ। ਘਰ ਵਿੱਚ ਹੋਰ ਕੌਣ ਕੌਣ ਨੇ ਸਾਡੇ? ਮੇਰਾ ਬ੍ਰਦਰ, ਉਹਨਾਂ ਦਾ ਵੀ ਵਿਆਹ ਹੋਇਆ, ਉਹ ਰਾਜਸਥਾਨ ਕੰਮ ਕਰਦਾ ਹੈ ਇਦਾਂ। ਓਕੇ ਹਾਂਜੀ। ਫੈਮਿਲੀ ਮੇਰੇ ਮੰਮੀ ਪਾਪਾ ਜੀ, ਡੈਡੀ, ਡੈਡੀ ਮੇਰੇ ਫੈਕਟਰੀ ਲੱਗੇ ਆ ਇੱਥੇ, ਸਾਰੇ ਫੈਮਿਲੀ ਹੈਗੇ ਇਦਾਂ। ਦਾਦਾ ਜੀ, ਹਾਂਜੀ ਦਾਦਾ ਜੀ ਮੇਰੇ ਕੰਮ ਕਰਦੇ ਆ, ਉਹ ਘਰੇ ਕਰਦੇ ਆ, ਉਹਨਾਂ ਦੀ ਲੱਤ ਟੁੱਟੀ ਹੋਈ ਆ, ਜਨਰੇਟਰ ਚ ਜਾਲੀਆਂ ਪੈਂਦੀਆਂ ਹੁੰਦੀਆਂ ਨਿੱਕੀਆਂ ਨਿੱਕੀਆਂ, ਜਨਰੇਟਰ ਵਾਲੀਆਂ ਇਦਾਂ ਦਵਾਈ ਦੀਆਂ ਸ਼ੀਸ਼ੀਆਂ ਹੋ ਗਈਆਂ, ਪਲਾਸਟਿਕ, ਉਹ ਬਣਾਉਂਦੇ ਆ ਘਰੇ, ਹਲੇ ਤੱਕ ਵੀ ਕੰਮ ਕਰਦੇ ਆ। ਬਹੁਤ ਕਾਫੀ ਉਮਰ ਹੋ ਗਈ, ਕਾਫੀ ਬਜ਼ੁਰਗ ਹੈ, ਅਸੀਂ ਜਾਈਦਾ ਬਹੁਤ ਖੁਸ਼ ਹੋ ਜਾਂਦੇ। ਮਸ਼ੀਨ ਸਾਡੇ ਤੋਂ ਨਹੀਂ ਚੱਲਣੀ, ਉਹਨਾਂ ਨੂੰ ਪਤਾ ਹੈ ਕਿ ਤੁਸੀਂ ਮਤਲਬ ਕਿ ਇੰਸਟਾਗ੍ਰਾਮ ਤੇ ਰੀਲ ਬਣਾ। ਹਾਂਜੀ ਬਹੁਤ ਖੁਸ਼ ਹੁੰਦੇ ਆ, ਉਹਨਾਂ ਨੂੰ ਕਿ ਪੁੱਛਦੇ ਆ, ਉਹਨਾਂ ਨੂੰ ਦੱਸਦੇ ਆ ਸਾਡੀ ਨਾ, ਬਹੁਤ ਖੁਸ਼ ਹੁੰਦੇ। ਮੈਂ ਜਾਣਦਾ ਹੁੰਦਾ ਉਹਨਾਂ ਵੀ, ਮੈਨੂੰ ਆਦਤ ਆ ਮੇਰੀ, ਜਿੱਦਾਂ ਮੈਂ ਛੋਟੇ ਹੁੰਦੇ ਦਾਦੇ ਤੋਂ ਬਹੁਤ ਪੈਸੇ ਲੈਂਦਾ ਹੁੰਦਾ ਜੀ, ਉਹਨਾਂ ਦੀ ਆਦਤ ਆ। ਮੈਂ ਅਸੀਂ ਕੱਲ ਵੀ ਜਾ ਕੇ ਆਏ ਆ, ਕੱਲ ਵੀ ਜਮਾ ਪੈਸੇ ਮੇਰੀ ਆਦਤ ਹੈ, ਪਤਾ ਨੀ ਭਾਵੇਂ ਕੋਲ ਮੇਰੇ 1,00,000 ਹੋਵੇ, ਭਾਵੇਂ 1 ਰੁਪਈਆ ਹੋਵੇ, ਉਹਨੇ ਮੈਨੂੰ ਦੇਣੇ ਦੇਣੇ ਆ ਜੀ। ਉਹਨਾਂ ਦੀ ਆਦਤ ਹੈ ਵੀ ਅੱਲ ਫੋਟੋ ਦੇ, ਪਿਆਰ ਹੁੰਦਾ ਬਸ, ਭਾਵੇਂ 10 ਦੇਣ, 100 ਦੇਣ, 200 ਦੇਣ, ਦੇਣੇ ਆ ਉਹਨੀ ਬਸ, ਏਦਾਂ ਨੀ ਤੋਰਨਾ ਵੀ ਘਰੋਂ। ਕੋਈ ਤੁਹਾਡੀ ਯਾਦ ਰਹੀ ਹੋਵੇ ਤੁਹਾਡੇ ਦਾਦਾ ਜੀ ਦੇ ਨਾਲ? ਬਹੁਤ ਭਾਜੀ, ਮੇਰੇ ਦਾਦਾ ਦਾਦੀ ਮੇਰਾ ਬਹੁਤ ਕਰਦੇ ਇੱਦਾਂ। ਮੈਂ ਰਾਤ ਨੂੰ ਰਾਤ ਘਰੇ ਨੀ ਆਉਣਾ, ਕਹਿੰਦੇ ਤੇ ਮਾਂ ਨੀ ਸੌਂਦੀ, ਮੇਰੀ ਦਾਦੀ ਵੀ ਨੀ ਸੌਂਦੀ, ਉਦੋਂ ਉੱਪਰ ਮੰਮੀ ਨੇ ਵੀ ਨੀ ਡਿੱਕਣਾ, ਮੰਮੀ ਵੀ ਨੀ ਉੱਪਰ ਰਹਿੰਦੇ, ਦਾਦਾ ਦੀ ਥੱਲੇ ਰਹਿੰਦੇ ਆ, ਦਾਦੀ ਨੇ ਵੀ ਥੱਲੇ ਦੇਖਣਾ। ਹੌਲੀ ਹੌਲੀ ਦਾਦਾ ਮੇਰਾ ਥੋੜਾ ਜਿਹਾ ਮੈਨੂੰ ਰੋਕਦਾ ਟੋਕਦਾ ਸੀ ਅੱਗੇ ਵੀ ਬਾਹਰ ਘੁੰਮਣਾ ਨੀ, ਚੰਗੇ ਚੰਗਾ ਹੀ ਕਹਿੰਦੇ ਸੀ। ਰਾਤ ਨੂੰ ਮੈਂ 2 ਵਜੇ ਕਦੀ 1 ਵਜੇ ਘਰੇ ਬਣਨਾ, ਉਹ ਨੀ ਸੌਣਾ ਨੀ, ਬਿਮਾਰ ਹੋਣਾ, ਦਾਦੀ ਮੇਰੀ ਨੇ ਮੈਨੂੰ ਪਿੱਛੇ ਹੀ ਆ ਜਾਣਾ, ਮੈਂ ਜਿੱਥੇ ਜਾਣਾ ਨਾ ਮੇਰਾ ਸਾਰਾ ਪਿੰਡ ਮੇਰੇ ਤੁਰ ਕੇ ਮਗਰ ਘੁੰਮ ਦਿੰਦੇ ਆ ਵੀ ਕਿੱਥੇ ਚਲ ਗਿਆ ਕਿੱਥੇ ਚਲ ਗਿਆ, ਵੀ ਮੰਮੀ ਵੀ ਕੁਛ ਕਹਿ ਨਾ ਦੇ, ਉੱਤੋਂ ਕੁੱਟ ਨਾ ਪੈ ਜਾਵੇ ਮੈਨੂੰ, ਮੇਰੇ ਘਰ ਦੇ ਕੁੱਟਦੇ ਬਹੁਤ ਹੁੰਦੇ, ਥਾਪੀ ਹੋਣਾ ਵਾਈਪਰ ਆਉਣਾ ਮੇਰੇ ਬਹੁਤ ਕੁੱਟ ਪਈ, ਬਹੁਤ ਕੁੱਟਦੇ ਸੀ, ਮੇਰੀ ਦਾਦੀ ਨੇ ਮੋਹਰੇ ਹੋ ਕੇ ਆਪਣੇ ਹੱਥਾਂ ਤੇ ਲਵਾ ਲੈਣੀ। ਓਕੇ, ਆਪਾਂ ਪੂਜਾ ਜੀ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਹਾਡੇ ਨਾਨੀ ਜੀ ਨਾਲ ਕੋਈ ਯਾਦਾਂ ਰਹੀਆਂ ਹੁਣ, ਤੁਸੀਂ ਜਿਵੇਂ ਕਿ ਦੱਸਦੇ ਸੀਗੇ ਕਿ ਤੁਸੀਂ ਨਾਨੀ ਜੀ ਨਾਲ ਜ਼ਿਆਦਾ ਟਾਈਮ ਸਪੈਂਡ ਕੀਤਾ, ਕੋਈ ਯਾਦ ਰਹੀ ਹੋਵੇ? ਕਦੀ ਭਾਈ ਮੈਂ ਬਾਹਰ ਹੀ ਨੀ ਗਈ, ਉਹਨਾਂ ਨਾਲ ਹੀ ਰਹਿੰਦੀ ਹੁੰਦੀ ਸੀ, ਉਹ ਮਤਲਬ ਘਰਾਂ ਦਾ ਕੰਮ ਕਰਦੇ ਹੁੰਦੇ ਸੀ ਇਦਾਂ, ਤੇ ਮੈਂ ਘਰੇ ਹੁੰਦੀ ਸੀਗੀ, ਘਰਾਂ ਦਾ ਕੰਮ ਲੈ ਕੇ ਦਿੰਦਾ ਮਤਲਬ ਘਰਾਂ ਦੇ, ਹਾਂ ਉਹ ਕਰਦੇ ਹੁੰਦੇ ਸੀਗੇ, ਤੇ ਮੈਂ ਵੀ ਹਨਾ ਵਿੱਚ ਕਿ ਲੱਗ ਗਈ, ਮੈਂ ਕਿਹਾ ਤੁਸੀਂ ਨੀ ਕਰਨਾ, ਰਹਿਣ ਦਿਓ ਆਪਾਂ, ਕੋਈ ਨੀ ਆਪਾਂ ਕਰਾਂਗੇ। ਹਾਂਜੀ ਜਦੋਂ ਮਤਲਬ ਨਹੀਂ ਹੋਣ ਨਾ ਫੇਰ ਮੈਂ ਚਲ ਜਾਣਾ, ਉਹ ਫੇਰ ਵੀ ਰੋਕਦੇ ਸੀ ਇਹਨੂੰ ਵੀ, ਤੂੰ ਫੇਰ ਵੀ ਰੋਕਣਾ ਸੀ, ਤੂੰ ਨਹੀਂ ਕਰਨਾ, ਇਹ ਨਹੀਂ ਕਰਨਾ, ਮੈਂ ਕਰਦੀ ਹਾਂ ਤੂੰ ਨਹੀਂ ਕਰਨਾ, ਇੱਦਾਂ ਕਹਿਣਾ। ਤੁਹਾਡੇ ਬ੍ਰਦਰ ਤੋਂ ਇਲਾਵਾ ਵੀ ਕੋਈ ਮਤਲਬ ਸਿਸਟਰ ਜਾਂ ਬ੍ਰਦਰ? ਨਹੀਂ, ਅਸੀਂ ਬ੍ਰਦਰ ਸਿਸਟਰ ਹੀ। ਹਾਂਜੀ
ਇੱਕ ਵਾਰੀ ਮੈਂ ਮਿਲਣ ਆ ਗਿਆ ਇੱਥੇ ਵੀ ਉਧਰ ਦਰਵਾਜੇ ਦੀ ਗੱਲ ਆ, ਇੱਧਰ ਨਾਲ ਦੀ ਗਲੀ ਚ ਵਿਆਹ ਤੋਂ ਪਹਿਲਾਂ ਦੀ ਗੱਲ ਆ, ਇਹਦੇ ਨਾਨੀ ਵੀ ਇੱਥੇ ਸੀ, ਮੇਰੇ ਮਗਰ ਮੁੰਡੇ ਪੈ ਗਏ ਤਾਂ ਇੱਥੇ ਗਲੀ ਮਹੱਲੇ ਦੇ, ਉਹ ਮੈਨੂੰ ਤਾਂ ਲੜਨ ਮੈਨਾਂ ਉੱਥੇ ਜਾ ਕੇ ਮੈਨੂੰ ਘੇਰ ਲਿਆ ਉਹਨੇ ਪਾਰਕ ਚ ਜਾ ਕੇ ਟੈਂਕੀ ਕੋ ਸਾਡੀ, ਇਹਦੀ ਨਾਨੀ ਮਗਰ ਹੀ ਆਈ ਵੀ ਮੁੰਡੇ ਨੂੰ ਕੁਛ ਕਹਿ ਨਾ ਦੇ, ਰਿਸ਼ਤੇਦਾਰੀ ਸੀ ਪਿੰਡ ਇਹਨਾਂ ਦੀ ਗੁਆਂਢ ਚ ਸੀਗਾ, ਮੁੰਡਾ ਕਟਾਤਾ ਫਿਰ ਸਾਰੀ ਬਾਈਕ ਭੰਨ ਦਿੱਤੀ ਇੱਥੇ ਖੜੀ ਸਾਰੀ ਤੱਕ ਛੱਡ ਕੇ, ਉਦਾਂ ਬਾਬਾ ਬਿਸ਼ੱਕ ਬੁਲਾਉਣਾ ਨਹੀਂ ਮੈਨੂੰ, ਮੈਂ ਨਾ ਲੜਨਾ ਮੈਨੂੰ ਅੱਡੇ ਤੱਕ ਛੱਡ ਕੇ ਆਏ ਵੀ ਪਹੁੰਚ ਗਿਆ ਹੋ ਕੇ, ਮਤਲਬ ਇੰਨੀ ਟੈਨਸ਼ਨ ਸੀ ਇਦਾਂ ਨਹੀਂ, ਉਹ ਮੁੰਡਿਆਂ ਨੇ ਕਿਉਂ ਮਤਲਬ ਕਿ ਵੈਸੇ ਵੀ ਤੂੰ ਗਲੀ ਚ ਆਉਣਾ ਸਾਡੇ ਮੁਹੱਲੇ ਚ ਆਉਣਾ ਵੀ ਉਦਾਂ ਤਾਂ ਖਿੱਚਦੇ ਸੀਗੇ, ਵੈਸੇ ਹੁਣ ਤਾਂ ਸਾਰੇ ਮੇਰੇ ਦੋਸਤ ਹੀ ਆ ਉਹ ਸਾਰੇ, ਮਤਲਬ ਪੁੱਛ ਗਿੱਛ ਕੀ ਹਾਂ ਕੀ ਕਰਨਾ ਹੈ ਜਾਂ ਕੁਛ ਵੀ ਚੀਜ਼ਾਂ ਹੁੰਦੇ ਠੀਕ ਹੈ ਇਹ ਬਿਨਾਂ ਦੱਸੇ ਸਿੱਧੇ ਘਰੇ ਆ ਜਾਂਦੇ ਸੀਗੇ, ਫਿਰ ਵੀ ਨਾਨੀ ਨੇ ਮੇਰੀ ਕੁਛ ਕਹਿਣਾ ਨਹੀਂ ਕੋਈ ਨੀ ਇਦਾਂ ਇਸ਼ਾਰਾ ਕਰ ਦੇਣਾ ਚਾਹ ਚ ਪੁੱਛ ਲਾ ਇਦਾਂ ਕਰਦੇ ਹੁੰਦੇ ਸੀ ਠੀਕ ਹੈ, ਮੈਂ ਚੁਰੇ ਤੇ ਇਦਾਂ ਮਾੜੀ ਜੀ ਸਾਡੀ ਕੋਈ ਗੱਲ ਹੋਣੀ ਮੈਂ ਘਰੇ ਆਇਆ, ਇਹਨੇ ਫੋਨ ਬੰਦ ਕਰ ਲੈਣਾ, ਮੈਂ ਮੋਟਰਸਾਈਕਲ ਟਿਕਣਾ ਆ ਤਾਂ ਸਾਡਾ ਪਿੰਡ ਮੈਂ ਸਿੱਧਾ ਘਰੇ ਇਤਰੀ, ਸਹੀ ਗੱਲ ਆ। ਜੋ ਹੁਣ ਹਾਲਾਤ ਚੱਲ ਰਹੇ ਨੇ ਤੁਹਾਨੂੰ ਮੈਂ ਹਰ ਜੋ ਆਪਣਾ ਮੇਰਾ ਪੋਡਕਾਸਟ ਹੁੰਦਾ ਹੈ ਨਾ, ਮੈਂ ਹਰ ਪੋਡਕਾਸਟ ਵਿੱਚ ਪੁੱਛਦਾ ਹਾਂ ਕਿ ਜਿਵੇਂ ਕਿ ਹੁਣ AI ਦਾ ਜ਼ਮਾਨਾ ਚੱਲ ਰਿਹਾ, AI ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਹੈ, ਜੋ ਜਿਹਦੇ ਨਾਲ ਕਿ ਆਵਾਜ਼ ਜਿਵੇਂ ਕਿ ਸਿੱਧੂ ਮੂਸੇਵਾਲੇ ਹੋ ਗਏ ਜਾਂ ਪ੍ਰਾਈਮ ਮਿਨਿਸਟਰ ਆਪਣੇ ਹੋ ਗਏ ਜਾਂ ਆਪਣੀਆਂ ਪਿੱਛੇ ਜੇ ਕਹਿ ਰਹੇ ਸੀ ਕਿ ਵੀਡੀਓ ਵੀ ਇਦਾਂ ਬਣ ਜਾਂਦੀ ਹੈ ਕੇਸ ਸੈਟਿੰਗ, ਉਹ ਚੀਜ਼ ਨੂੰ ਤੁਸੀਂ ਕੀ ਮੰਨਦੇ ਹੋ ਕਿ ਉਹ ਸਾਡੇ ਆਉਣ ਵਾਲੇ ਫਿਊਚਰ ਦੇ ਲਈ ਖਤਰਨਾਕ ਹੈ ਜਾਂ ਫਿਰ ਬਿਲਕੁਲ ਸਹੀ ਹੈ ਜਾਂ ਦੋਨਾਂ ਪਾਸੋਂ ਕੁਝ ਵੀ ਖਤਰਨਾਕ ਹੀ ਹੈ ਭਾਜੀ, ਖਤਰਨਾਕ ਵੈਸੇ ਵਧੀਆ ਵੀ ਜਿੱਦਾਂ ਹੁਣ ਲੋਕੀ ਚਾਚੇ ਦਾ ਲੜਕਾ ਪੂਰਾ ਹੋ ਗਿਆ ਸੀ 19 ਸਾਲਾਂ ਦਾ ਸੀ, ਅਸੀਂ ਉਹਤੇ ਲਾ ਲਾ ਕੇ ਦੇਖਣਾ, ਸਾਨੂੰ ਬਹੁਤ ਖੁਸ਼ੀ ਹੋਣੀ ਵੀ ਸਾਡੇ ਵਿੱਚ ਹੀ ਆ, ਕਦੇ ਇੱਕ ਜਗ੍ਹਾ ਸਹੀ ਵੀ ਆ ਪਰ ਗਲਤ ਵੀ ਆ ਭਾਜੀ, ਲੋਕੀ ਗਲਤ ਫਾਇਦਾ ਵੀ ਚੁੱਕ ਰਹੇ ਆ ਸਪੈਸ਼ਲੀ ਕੁੜੀਆਂ ਦਾ, ਕੁੜੀਆਂ ਲਈ ਹੈ ਨਾ ਗਲਤ ਸਾਈਡ ਨੂੰ ਮਤਲਬ ਕਿ ਉਹ ਗਲਤ ਸਾਈਡ ਲੈ ਜਾਂਦੇ ਹਨ, ਕਹਿੰਦੇ ਨੇ ਕਿ ਆਪਣਾ ਜਿੱਦਾਂ ਕਿ ਡਾਟਾ ਜੋ ਹੈ ਇੰਸਟਾਗ੍ਰਾਮ ਤੇ ਪਾਉਂਦੇ ਆ ਜਾਂ ਸਨੈਪਚੈਟ ਤੇ ਪਾਉਂਦੇ ਆ, ਉਹ ਡਾਟਾ ਅਗਰ ਲੀਕ ਹੋ ਜਾਂਦਾ ਤਾਂ ਉਹਦੇ ਨਾਲ ਤੁਹਾਡੇ ਬੈਂਕ ਅਕਾਊਂਟ ਤੋਂ ਲੈ ਕੇ ਸਾਰਾ ਕੁਝ ਹੈਕ ਹੋ ਜੀ ਸਾਰਾ ਕੁਝ, ਕਿੰਨੀ ਖਤਰਨਾਕ ਚੀਜ਼ ਹੈ ਇਸ ਤਰੀਕੇ ਨਾਲ ਅਗਰ ਸੋਚਿਆ ਜਾਵੇ ਤਾਂ, ਅਗਰ AI ਨਾਲ ਬਣਾ ਕੇ ਸਾਰਾ ਕੁਝ ਦੇਖਿਆ ਜਾਵੇ ਤਾਂ ਗਲਤ ਤਾਂ ਹੈ ਭਈਆ, ਇਹਦੇ ਚੀਜ਼ ਅਗਰ ਮਤਲਬ ਸਹੀ ਪਾਸੇ ਨੂੰ ਜਿਹੜੀ ਚੀਜ਼ ਜਾਂਦੀ ਹੈ ਉਹ ਗਲਤ ਪਾਸੇ, ਐਵੇਂ ਕਿ ਭਾਜੀ ਅੱਜ ਤੱਕ ਕੋਈ ਸਾਡਾ ਐਵੇਂ ਕਿ ਰੋਸਟ ਵੀ ਨਹੀਂ ਹੋਇਆ ਇਦਾਂ ਦਾ, ਵਧੀਆ ਵੀਡੀਓ ਸਿੰਪਲ ਵੀਡੀਓ ਆਪਾਂ ਬਣਾਉਂਦੇ ਆ, ਮੈਂ ਇਹੀ ਗੱਲ ਧਿਆਨ ਲੱਗਿਆ ਜਦੋਂ ਨਾ ਮੈਂ ਚੈੱਕ ਕਰਦਾ ਪਿਆ ਸੀਗਾ, ਅਸੀਂ ਮਤਲਬ ਕਿ ਮੈਂ ਪੂਰਾ ਡਿਟੇਲ ਨਾਲ ਚੈੱਕ ਕਰਦਾ ਹੁੰਦਾ ਆ ਕਿ ਕੌਣ ਬੰਦੇ ਦਾ ਰੋਸਟ ਆਇਆ ਕੁਛ ਵੀ ਆਇਆ, ਆਪਾਂ ਮਤਲਬ ਗੱਲ ਕਲੀਅਰ ਕਰ ਸਕੀਏ, ਨਹੀਂ ਤੁਹਾਡਾ ਬਿਲਕੁਲ ਕਲੀਅਰ ਜੋ ਵੀ ਤੁਹਾਡੀ ਵੀਡੀਓ ਸੀ ਜਾਂ ਇੰਟਰਵਿਊ ਵਗੈਰਾ, ਨਹੀਂ ਬਹੁਤ ਬੈਸਟ ਵੀਡੀਓ ਤੁਸੀਂ ਬਣਾਉਂਦੇ ਹੋ, ਬਹੁਤ ਬੈਸਟ ਕੰਟੈਂਟ ਬਣਾਉਂਦੇ ਹੋ, ਸਿੰਪਲ ਹੁੰਦਾ ਭਾਜੀ ਸਭ ਕੁਝ, ਹਾਂਜੀ ਐਪਰੀਸ਼ੀਏਟ ਕਰਦੇ ਹਾਂ ਤੁਹਾਨੂੰ ਬਹੁਤ, ਥੈਂਕ ਯੂ ਥੈਂਕ ਯੂ, ਮੈਨੂੰ ਮਿਲਣ ਆਉਣਾ, ਕਿਹੜੀ ਏਜ ਵਿੱਚ ਦੋਨੋਂ ਜਾਣੇ ਮਿਲੇ ਸੀ, 14 ਸਾਲ ਦੀ 14 ਸਾਲ ਦੇ ਜਦੋਂ ਵਿਆਹ ਤੁਸੀਂ ਦੱਸ ਰਹੇ ਹੋ, ਹਾਂਜੀ ਉੱਥੇ 14 ਸਾਲ ਦੀ ਤਾਂ ਮੈਂ ਹੀ ਸੀ, 14 ਸਾਲ ਦਾ ਮੈਂ ਆਉਣਾ ਜੀ ਠੀਕ ਹੈ, ਜਦੋਂ ਛੋਟੇ ਸੀ ਮਤਲਬ ਵੀ ਨਾ ਪਤਾ ਵੀ ਨਹੀਂ, ਸਾਡੇ ਤਾਂ ਪਿੰਡ 'ਚ ਨਾ ਘਰ ਸਾਰੇ ਕੋਠੇ ਨਾਲ ਨਾਲ ਹੀ ਆ, ਮੈਂ ਪਹਿਲਾਂ ਪੌੜੀ ਤੋਂ ਪਹਿਲੀ ਤੋਂ ਲੋਹੇ ਵਾਲੀ ਤੋਂ ਡਿੱਗਿਆ ਥੱਲੇ ਠੱਕ ਠੱਕ, ਮੇਰੇ ਸੱਟਾਂ ਲੱਗੀਆਂ, ਮੈਂ ਫੇਰ ਵੀ ਨਹੀਂ ਹਟਿਆ, ਮਗਰ ਸੀ ਮੈਂ ਜਾਊਂਗਾ ਜਾਊਂਗਾ, ਮੈਂ ਫੇਰ ਕੋਠੇ 'ਚ ਚੜਿਆ ਟੱਪ ਟੱਪ ਕੇ, ਉੱਥੋਂ ਮਿਲਿਆ ਸਾਨੂੰ ਕਿਸੇ ਨੇ ਦੇਖ ਲਿਆ,
ਉਦੋਂ ਸਾਡੇ ਘਰ ਚ ਬੜੀ ਲੜਾਈ ਹੋਈ, ਉਹ ਸਾਨੂੰ ਕਿਸੇ ਨੇ ਦੇਖ ਲਿਆ, ਗਵਾਂਢੀਆਂ ਨੇ ਵੀ ਕੋਠੇ ਖੜੇ ਗੱਲਾਂ ਕਰਨ ਲੱਗੇ ਆ। ਉਹਨੇ ਜਾ ਕੇ ਸਿੱਧਾ ਇਹਦੀ ਮਾਮੀ ਨੂੰ ਦੱਸਤਾ, ਇਹਦੀ ਮਾਮੀ ਖਾਈਦੇ ਸੀਗੇ ਵੀ, ਚਲੋ ਇੱਕ ਜਗ੍ਹਾ ਸਹੀ ਵੀ ਸੀਗੇ, ਸਹੀ ਵੀ ਸੀਗੇ, ਮੈਨੂੰ ਪਤਾ ਨੀ ਸੀ ਪਹਿਲਾਂ, ਸਾਡੇ ਘਰ ਵੀ ਆ ਗਈ ਸੀ, ਮੇਰੀ ਤਾਂ ਮਾਸੀ ਸੀਗੀ ਨਾ ਖੁਦ ਦੀ, ਤੇ ਉਹ ਤਾਂ ਜ਼ਿਆਦਾ ਹੀ ਕੁਛ ਕਹਿੰਦੀ, ਇਹ ਤਾਂ ਦੋ ਦੋ ਮੁੰਡਿਆਂ ਨਾਲ ਗੱਲਾਂ ਕਰਦੀ ਆ ਅੱਗਿਓ, ਕਹਿੰਦੀ ਪਤਾ ਨੀ ਇੱਕ ਕਿਹਦਾ ਨਾਲ ਹੈ, ਮੈਨੂੰ ਕਹਿੰਦੇ ਕਿਹੜਾ ਮੁੰਡਾ ਕਿਹੜਾ, ਮੈਂ ਕਿਹਾ ਮੈਨੂੰ ਗਿੰਦੂ ਦਾ ਜ਼ਰੂਰ ਪਤਾ, ਗਿੰਦੂ ਕਹਿੰਦੇ ਹੁੰਦੇ ਆ ਮੇਰੇ ਪਿੰਡ ਦੇ, ਗਿੰਦੂ ਕਹਿੰਦੇ ਬਾਹਰ ਗੋਈ ਜਾਂਦੇ, ਬਾਕੀ ਪਤਾ ਨੀ ਇੱਕ ਹੋਰ ਕਿਸ ਦਾ ਨਾਲ ਹੀ ਜਾਂਦੇ, ਮੈਂ ਕਿਹਾ ਮੈਨੂੰ ਤਾਂ ਪਤਾ ਵੀ ਨੀ, ਮੈਨੂੰ ਪਤਾ ਉਹਦਾ ਵੀ ਜਾਣ ਕੇ ਪਿੱਛੇ ਹਟ ਜਾਵੇ ਹਨਾ, ਗੱਲ ਮਤਲਬ ਇੱਕ ਤਰੀਕੇ ਨਾਲ ਕਹਿ ਸਕਦੇ ਕਿ ਬਦਨਾਮੀ ਕਰ। ਸੋ ਪੂਜਾ ਜੀ ਐਂਡ ਗੁਰੀ ਜੀ, ਤੁਹਾਨੂੰ ਇੱਕ ਮੇਨ ਤੁਹਾਡੇ ਮੁੱਦੇ ਤੇ ਆਵਾਂਗੇ ਕਿ ਤੁਸੀਂ ਆਪਣੇ ਆਪਣੇ ਜੋ ਫੋਲੋਅਰਸ ਨੇ ਸਾਡੇ ਇੰਸਟਾਗ੍ਰਾਮ ਤੇ, ਉਹਨਾਂ ਨੂੰ ਕੋਈ ਆਪਣੇ ਵੱਲੋਂ ਕੋਈ ਉਹ ਜੋ ਤੁਹਾਡੇ ਬੈਡ ਕਮੈਂਟ ਕਰਦੇ ਨੇ ਉਹਨਾਂ ਦੇ ਲਈ ਕੁਛ ਤੁਸੀਂ ਕਹਿਣਾ ਚਾਹੁੰਦੇ ਹੋ, ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹੂੰਗਾ ਵੀ ਪਹਿਲਾਂ ਸਭ ਤੋਂ ਆਪਣੇ ਘਰ ਝਾਤੀ ਮਾਰਿਆ ਕਰੋ ਜਦੋਂ ਕੋਈ ਮੈਸੇਜ ਕਰਦਾ ਨਾ ਕਿਸੇ ਨੂੰ ਗਲਤ, ਵੀ ਮੇਰੇ ਘਰ ਵੀ ਮੇਰੀ ਭੈਣ ਆ, ਮਾਂ ਆ, ਮੇਰੇ ਸਾਰੇ ਆ, ਵੀ ਮੈਂ ਉਹਨਾਂ ਵੱਲ ਦੇਖੂਗਾ, ਉਹ ਵੀ ਕਿਸੇ ਦੀ ਭੈਣ ਆ, ਕਿਸੇ ਦੀ ਕੁੜੀ ਆ, ਕਿਸੇ ਦੀ ਘਰ ਵਾਲੀ ਆ, ਹਨਾ। ਕਿਸੇ ਨੂੰ ਗਲਤ ਕਹਿਣ ਤੋਂ ਪਹਿਲਾਂ ਨਾ ਆਪਣੇ ਵੱਲ ਦੇਖੋ, ਫੇਰ ਕਿਸੇ ਨੂੰ ਕਮੈਂਟ ਕਰੋ, ਪਹਿਲਾਂ ਆਪਣੇ ਆਪ ਨੂੰ ਜੱਜ ਕਰੋ, ਫੇਰ ਕਿਸੇ ਨੂੰ ਜੱਜ ਕਰੋ। ਵੀ ਮਤਲਬ ਮਾਵਾਂ ਭੈਣਾਂ ਧੀਆਂ ਜੋ ਹੁੰਦੀਆਂ ਨਾ, ਸਾਂਝੀਆਂ ਸਾਂਝੀਆਂ ਹੁੰਦੀਆਂ ਨੇ, ਕਿਸੇ ਨੂੰ ਵੀ ਕੁਛ ਕਹਿਣ ਤੋਂ ਪਹਿਲਾਂ ਆਪਣੇ ਬਾਰੇ ਸੋਚਣਾ ਚਾਹੀਦਾ ਕਿ ਕੋਈ ਸਾਡੇ ਨੂੰ ਵੀ ਗਲਤ ਕਹਿ ਸਕਦਾ। ਆਪਾਂ ਨੂੰ ਕੋਈ ਵੀ ਭਾਜੀ ਕੁੜੀ ਲੇਡੀ ਕੋਈ ਵੀ ਮਿਲਦਾ ਨਾ, ਆਪਾਂ ਨੂੰ ਕਦੀ ਵੀ ਕਿਸੇ ਨੇ ਮੈਨੂੰ ਇਹਨੂੰ ਮੈਸੇਜ ਕਰਕੇ ਨਹੀਂ ਕਿਹਾ ਵੀ ਭਾਜੀ ਇੱਦਾਂ ਸੀ ਜਾਂ ਉੱਦਾਂ ਸੀਗਾ, ਸਾਰੇ ਇਹੀ ਕਹਿੰਦੇ ਵੀ ਭਾਜੀ ਦਾ ਨੇਚਰ ਵਧੀਆ ਸੀ, ਮੈਂ ਆਪਣੇ ਮੂੰਹ ਆਪਣੀ ਤਾਰੀਫ ਕਰਦਾ, ਚਲੋ ਇੱਦਾਂ ਨੀ, ਬਟ ਮੇਰੀ ਨੇਚਰ ਹੀ ਇੱਦਾਂ ਦਾ ਆ ਵੀ ਆਪਾਂ ਨੂੰ ਜਿਹੜਾ ਜਿੱਦਾਂ ਬੁਲਾਉਂਦਾ ਆਪਾਂ ਉਹਨੂੰ ਉੱਦਾਂ ਹੀ ਬੁਲਾਈਦਾ, ਇਹ ਨੀ ਵੀ ਉਹ ਕੁੜੀ ਜਾਂਦੀ ਉਹਨੂੰ ਟੀਚਰ ਕਰਤੀ ਇੱਦਾਂ, ਇਹ ਕਦੀ ਵੀ ਨਹੀਂ। ਮੈਂ ਪਿੰਡੋਂ ਵੀ, ਮੈਂ ਆਪਣੀ ਸ਼ੁਰੂ ਤੋਂ ਆਦਤ ਇਹ ਆ ਕਦੀ ਵੀ ਕਿਸੇ ਨੂੰ ਟੀਚਰ ਨਹੀਂ ਕੀਤੀ। ਇੱਕ ਕਹਿ ਦਿੰਦੇ ਕਿ ਸਹੀ ਪਰਵਰਿਸ਼ ਮਿਲੀ, ਹਾਂਜੀ ਬਸ ਬੰਦਾ ਅੱਗੇ ਜਾ ਕੇ ਸਮਝ ਲਿਆ। ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਤਾਂ ਭਾਜੀ ਇਹੀ ਕਹੂੰਗੀ ਵੀ ਜਿਹੜੇ ਕਹਿੰਦੇ ਹੈ ਨਾ ਵੀ ਸੂਟ ਵਗੈਰਾ ਇੱਦਾਂ ਇਹ ਵੋ, ਹੈ ਨਾ, ਸਾਰੀਆਂ ਚੀਜ਼ਾਂ ਮੈਨੂੰ ਪ੍ਰਮੋਸ਼ਨ ਦੇ ਥਰੂ ਹੀ ਮਿਲਦੀਆਂ ਆ, ਮੈਂ ਆਪਣਾ ਕਦੀ ਕੁਛ ਨਹੀਂ ਕੀਤਾ। ਹਾਂ ਉਹ ਵੀ ਟਾਈਮ ਆਊਗਾ ਜਦੋਂ ਮੈਂ ਆਪਣਾ ਵੀ ਕਰੂੰਗੀ, ਉਹ ਵੀ ਦੱਸੂਗੀ, ਬਸ ਥੋੜਾ ਸੋਚ ਕੇ ਮਤਲਬ ਬੋਲਿਆ ਕਰਨ। ਹੈਨਾ, ਅਸੀਂ ਕਿਤੇ ਮਾਲ ਚਲ ਜਾਈਏ, ਚਾਈਨਾ ਮਾਲ ਆ ਸਾਡੇ ਇੱਥੇ, ਅਸੀਂ ਉੱਥੇ ਚਲੇ ਜਾਈਏ ਨਾ, ਲੋਕੀ ਸਾਡੇ ਨਾਲ ਦੇਖਣਗੇ ਵੀ ਇਹ ਮਾਲ ਚ ਕੀ ਕਰਦੇ। ਇੱਕ ਬੰਸਰ ਨੇ ਸਾਨੂੰ ਮੂੰਹ ਤੇ ਵੀ ਕਹਿਤਾ ਸੀਗਾ, ਤੁਸੀਂ ਇੱਥੇ ਕੱਪੜੇ ਲੈਣ ਆਏ? ਮੈਂ ਕਿਹਾ ਅਸੀਂ ਲਈਦੇ ਆ ਰੇੜੀ ਤੋਂ ਬਾਹਰ, ਲੈ ਕੇ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਚਲ ਜਾਈਏ। ਨਹੀਂ ਸੱਚੀ ਪਾਈਦੇ ਅਸੀਂ ਭਾਜੀ, ਇਹ ਚ ਕੋਈ ਕੱਪੜਾ ਆਪਣਾ ਤਾਂ ਨਾ ਢਕਣਾ, ਭਾਵੇਂ ਮਹਿੰਗੇ ਨਾ ਢਕ ਲਓ, ਭਾਵੇਂ ਮਾੜੇ ਨਾ ਢਕ ਲਓ। ਲੋਕੀ ਕਹਿੰਦੇ ਨੇ ਕਿ ਹਾਂ ਵੀ ਪਤਾ ਨਹੀਂ ਕਿ ਜਿੱਦਾਂ ਜਿਸ ਹਿਸਾਬ ਨਾਲ ਫੋਲੋਅਰਸ ਨੇ, ਲੋਕੀ ਕਹਿੰਦੇ ਹੋਣਗੇ ਕਿ ਬਹੁਤ ਵੱਡੇ ਵੱਡੇ ਚੰਡੀਗੜ੍ਹ ਤੋਂ ਸ਼ਾਪਿੰਗ ਕਰਦੇ ਹੋਣਗੇ, ਮਾਲਸ ਤੋਂ ਸ਼ਾਪਿੰਗ ਕਰਦੇ ਹੋਣਗੇ। ਨਹੀਂ ਸਾਰੇ ਪਾਸੇ ਸਾਰਾ ਕੁਝ ਕਰੀਦਾ ਭਾਜੀ, ਪਰ ਇੱਦਾਂ ਨਹੀਂ ਵੀ ਆਪਣੇ ਆਪ ਨੂੰ ਆਪਾਂ ਇਹ ਕਹੀਏ ਵੀ ਅਸੀਂ ਆਹ ਆ ਉਹ ਆ, ਜੇ ਰੱਬ ਨੇ ਤਾਂ ਭਾਈ ਉਹਨੇ ਸਿੱਟਣਾ ਵੀ ਥੱਲੇ ਇੱਦਾਂ ਦਾ, ਫਿਰ ਪਤਾ ਨਹੀਂ ਲੱਗਦਾ ਹਰ ਟਾਈਪ ਦਾ ਮਤਲਬ ਹੁੰਦਾ ਹੈ। ਹਾਂਜੀ, ਕਿਸੇ ਨੂੰ ਵੀ ਇੱਦਾਂ ਨਹੀਂ ਸੋਚਣਾ ਚਾਹੀਦਾ ਕਿ ਮੈਂ ਹੀ ਮੈਂ ਨਹੀਂ ਭਾਜੀ, ਅਸੀਂ ਆਪਣੇ ਆਪ ਨੂੰ ਵੱਡਾ ਮੰਨਦੇ, ਜੇ ਅਸੀਂ ਆਪਣੇ ਆਪ ਨੂੰ ਵੱਡਾ ਮੰਨਣ ਲੱਗ ਪਏ ਨਾ, ਫਿਰ ਸਾਡੇ ਚੀਕੋ ਆਊਗੀ, ਅਸੀਂ ਆਪਣੇ ਆਪ ਨੂੰ ਉਹੀ ਸਮਝਦੇ ਜੋ ਅਸੀਂ ਪਹਿਲਾਂ ਸੀ, ਉਹੀ ਰਹਿਣਾ। ਸਾਡੀ ਸੋਚਣੀ ਵੀ ਅਸੀਂ ਆਪਣਾ ਘਰ ਢਾਵਾਂਗੇ ਨੀ, ਕੁਛ ਕਰਾਂਗੇ ਨੀ, ਇੱਦਾਂ ਹੀ ਰੱਖਾਂਗੇ ਵੀ ਜਿੰਨਾ ਟਾਈਮ ਵੀ ਮਰਜ਼ੀ ਰਹੀਏ, ਤਿੰਨ ਟਾਈਮ ਜੀਂਦੇ ਹਾਂ, ਇੱਦਾਂ ਹੀ ਰੱਖਾਂਗੇ। ਮਤਲਬ ਪੁਰਾਣੀ ਚੀਜ਼ ਨਾਲ ਜੁੜ ਕੇ ਰਹਿਣਾ, ਕਿਆ ਬਾਤ, ਇਹ ਵੀ ਥਿੰਕਿੰਗ ਕੋਈ ਕੋਈ ਸੋਚਦਾ ਹੈ ਆਪਣੇ ਘਰ ਦੇ ਨਾਲ, ਨਹੀਂ ਤਾਂ ਅੱਜ ਕੱਲ ਤਾਂ ਸਾਰੇ ਕਹਿੰਦੇ ਆ ਵੀ ਹਾਂ ਚਲੋ ਵੀ ਪਿੰਡ ਚ ਕੋਠੀ। ਕਈ ਲੋਕੀ ਸਮਝਦੇ ਨਾ, ਇੱਕ ਕੁੜੀ ਸੀ ਭਾਜੀ, ਹਾਂ ਹੈਗੀ ਇਨਫਲੂਐਂਸ ਚ ਹੀ ਆ, ਨਹੀਂ ਯਾਰ ਕਹਿੰਦੀ ਹੁਣ ਮੈਂ ਐਕਟਿਵਾ ਤੇ ਚੰਗੀ ਨਹੀਂ ਲੱਗਦੀ, ਮੈਨੂੰ ਗੱਡੀ ਲੈਣੀ ਚਾਹੀਦੀ ਆ। ਸਾਡੇ ਨਾਲ ਵੀਡੀਓ ਬਣਾਈਆਂ ਉਹਨੇ, ਜਿੱਦਾਂ ਮਤਲਬ ਜ਼ੀਰੋ ਫੋਲੋਅਰ ਤੋਂ ਸ਼ੁਰੂ ਕੀਤਾ ਸੀ, ਆਪਾਂ ਈਗੋ ਨਹੀਂ ਕਰਦੇ ਆਪਣੇ ਤੇ, ਪਰ ਉਹ ਕੁੜੀ ਨਾ ਸਾਡੇ ਤੇ ਈਗੋ ਬਹੁਤ ਕਰ ਗਈ, ਅਸੀਂ ਨਾ ਤਾਂ ਨਹੀਂ ਲੈਣੇ, ਦੋ ਤਿੰਨ ਕੁੜੀਆਂ ਇੱਦਾਂ ਦੀਆਂ ਹੈਗੀਆਂ ਅੱਜ ਦੇ ਟਾਈਮ ਚ, ਉਹਨਾਂ ਦਾ
ਨਾਮ ਚੱਲਦਾ ਉਹ ਮਤਲਬ ਸਾਡੇ ਲੱਤ ਮਾਰ ਗਈਆਂ ਏਦਾਂ ਪਹਿਲਾਂ ਸਾਨੂੰ ਸੱਦਦੇ ਸੀ ਖੁਦ ਇੱਥੇ ਆਓ ਜੋ ਉੱਥੇ ਆ ਜਾਓ ਅਸੀਂ ਉੱਦਾਂ ਦੇ ਸੀ ਅਸੀਂ ਚੱਲ ਜਾਈਦਾ ਆਪਣੇ ਚ ਕੋਈ ਈਗੋ ਨੀ ਕੋਈ ਏਦਾਂ ਦਾ ਨੀ ਆਪਾਂ ਨੂੰ ਕੋਈ ਵੀ ਸੱਦਦਾ ਨਾ ਮੈਸੇਜ ਕਰਕੇ ਵੀ ਆਪਾਂ ਜਵਾਬ ਦੇਈਦਾ ਉਹਨਾਂ ਨੂੰ ਆਵਾਂਗੇ ਇਸ ਟਾਈਮ ਤੇ ਅਸੀਂ ਬਾਈਕ ਚੱਕੀ ਦੀ ਆਪਣੀ ਬਾਈਕ ਤਾਂ ਹੀ ਚੱਲ ਜਾਈਦਾ ਜੀ ਜਿੱਥੇ ਜਾਣਾ ਸਾਰੇ ਪਾਸੇ ਚੱਲ ਜਾਈਦਾ ਬਟ ਸਾਨੂੰ ਮੁੜ ਕੇ ਕਿਸੇ ਨੇ ਚੇਤੇ ਨੀ ਕੀਤਾ ਅੱਜ ਤੱਕ ਸਾਡੇ ਤੇ ਮਾੜਾ ਟਾਈਮ ਵੀ ਆਇਆ ਨਾ ਤੇ ਬਿਮਾਰ ਸੀ ਕਿਸੇ ਨੇ ਸਾਨੂੰ ਫੋਨ ਕਰਕੇ ਨੀ ਪੁੱਛਿਆ ਵੀ ਕਿੱਦਾਂ ਠੀਕ ਆ ਲੋੜ ਤਾਂ ਨੀ ਇੱਕ ਬੰਦੇ ਨੂੰ ਹੌਸਲਾ ਕਹਿੰਦੇ ਬਹੁਤ ਹੁੰਦਾ ਪੈਸੇ ਨਾਲ ਸਾਰਾ ਕੁਛ ਨੀ ਹੁੰਦਾ ਹੁੰਦਾ ਵੀ ਇੱਕ ਹੌਸਲਾ ਬਹੁਤ ਹੁੰਦਾ ਇਹ ਚੀਜ਼ ਮੈਟਰ ਕਰਦੀ ਹੈ ਕਿ ਹਾਂ ਵੀ ਕੌਣ ਔਖੇ ਵੇਲੇ ਖੜਾ ਹੋ ਕੇ ਗੱਲ ਸਾਡੇ ਨਾਲ ਕਿਹਨੇ ਕੀਤੀ ਹੈ ਹਰੇਕ ਜਗ੍ਹਾ ਵੀ ਪੈਸਾ ਮੈਟਰ ਨਹੀਂ ਕਰਦਾ ਹੁੰਦਾ ਜੇ ਸਾਡੇ ਇੰਨੇ ਫਾਲੋਅਰ ਆ ਨਾ ਜੇ ਸਾਨੂੰ ਲੱਗਦਾ ਵੀ ਕਿਸੇ ਦਾ ਸਾਡੇ ਲਈ ਸਾਡੇ ਕਰਕੇ ਫਾਇਦਾ ਹੋ ਜਾਊਗਾ ਅਸੀਂ ਫ੍ਰੀ ਚ ਵੀ ਕੰਮ ਕਰੀਦਾ ਬੈਕ ਸਿਰਫ ਜੀਵ ਦੇਖਣੀ ਬੰਦਾ ਬੋਲਦਾ ਕੀ ਆ ਬਸ ਸਾਰਿਆਂ ਨੂੰ ਆਪਾਂ ਪਿਆਰ ਨਾਲ ਹੀ ਮਿਲੀਦਾ ਪਹਿਲੀ ਗੱਲ ਜੇ ਕਿਸੇ ਨੂੰ ਉਹ ਕਹਾਂਗੇ ਅਗਲਾ ਉਹ ਹੀ ਕਹੂਗਾ ਮੈਨੂੰ ਇੱਕ ਫਨੀ ਗੱਲ ਯਾਦ ਆ ਰਹੀ ਹੈ ਜਦੋਂ ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ ਤੁਸੀਂ ਮੈਨੂੰ ਦੱਸ ਰਹੇ ਕਿ ਤੁਸੀਂ ਇਹਨਾਂ ਨੂੰ ਮਿਲਣ ਗਏ ਸੀ ਇੱਕ ਫਨੀ ਮੂਮੈਂਟ ਹੋਇਆ ਸੀਗਾ ਉਹ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਇਹ ਫਗਵਾੜੇ ਇਹ ਆਈ ਸੀਗੀ ਇੱਥੇ ਆਪਣੇ ਬਸੰਤ ਪਲਾਜ਼ਾ ਕੋ ਵੀ ਮੈਨੂੰ ਇਹਨਾਂ ਦੀ ਮਿਲਣ ਆ ਜਾ ਮੈਂ ਉੱਥੇ ਮਿਲਣ ਗਿਆ ਉਸ ਟਾਈਮ ਮੈਂ ਥੋੜਾ ਜਿਹਾ ਇੱਦਾਂ ਹੀ ਹੈਗਾ ਲੋਕਾ ਟੈਪ ਜਿਹਾ ਇਹਨੇ ਮੇਰੀ ਜੀਭ ਚੋਂ ਕੁਛ ਕੱਢ ਲਿਆ ਇਹਨੂੰ ਕੋਈ ਉੱਦਾਂ ਨਸ਼ਾ ਲੱਭਾ ਮੇਰੀ ਜੀਭ ਚੋਂ ਮੈਨੂੰ ਗੁੱਸੇ ਹੋ ਗਈ ਮੈਂ ਤਾਂ ਫੋਨ ਚੱਕ ਕੇ ਮਾਰਤਾ ਥੱਲੇ ਫੋਨ ਟੁੱਟ ਗਿਆ ਮੈਨੂੰ ਗੁੱਸੇ ਹੋ ਗਈ ਬਹੁਤ ਜ਼ਿਆਦਾ ਉੱਥੇ ਸੀਗੀ ਪਾਰਕ 'ਚ ਗਾਰਾ ਹੀ ਗਾਰਾ ਸੀ ਮੈਂ ਹੈ ਨਾ ਭਾਜੀ ਗਾਰੇ 'ਚ ਜਿਉਂ ਹਾਂ ਜਿਉਂ ਲਿਟਣ ਲੱਗ ਪਿਆ ਗਾਰੇ 'ਚ ਮੈਂ ਕਿਹਾ ਤੈਂ ਮੰਨਣਾ ਨੀ ਮੈਂ ਇੱਦਾਂ ਹੀ ਲਿਟੀ ਜਾਣਾ ਗਾਰੇ 'ਚ ਮੇਰੇ ਸਾਰੇ ਕੱਪੜੇ ਗਾਰੇ ਨਾਲ ਲਿਬੜ ਗਏ ਮੈਂ ਗਾਰਾ ਚੱਕ ਚੱਕ ਕੇ ਭਰਦਾ ਸੀ ਆਪਣੇ ਇੱਦਾਂ ਮੈਂ ਕਿਹਾ ਤੈਂ ਮੰਨਣਾ ਨੀ ਤੇ ਮੈਂ ਇੱਦਾਂ ਹੀ ਕਰਨਾ ਮੈਨੂੰ ਇੱਥੇ ਇੱਦਾਂ ਹੀ ਛੱਡਣ ਆਇਆ ਇੱਥੇ ਪਿੰਡ ਇੱਦਾਂ ਹੀ ਛੱਡਣ ਗਿਆ ਮੈਂ ਇੱਦਾਂ ਹੀ ਆਪਣੇ ਘਰ ਗਿਆ ਗਾਰੇ 'ਚ ਫੇਰ ਮੰਨੀ ਘਰ ਆ ਕੇ ਇੱਥੇ ਵੀ ਮੈਂ ਕਿਹਾ ਮੰਨ ਫਿਰ ਹਾਂਜੀ ਇਹ ਮਰਜੀ ਟੇੜ ਆਈ ਸੀ ਵੀ ਗਾਰ ਤੇ ਉਪਰਲਾ ਮਾਡਲ ਓਪੋ ਦਾ ਲੈ ਲਿਆ ਫਿਰ 6 ਏਦਾਂ ਬਸ ਆ ਵੀ ਇਹਦੀ ਨਾਨੀ ਨੇ ਲੋਕੀ ਸਾਨੂੰ ਮੈਸੇਜ ਕਰਦੇ ਆ ਨਾ ਵੀ ਮਹਿੰਗਾ ਫੋਨ ਰੱਖਿਆ ਇਹ ਵੀ ਇਹਦੀ ਨਾਨੀ ਨੇ ਹੀ ਲੈ ਕੇ ਦਿੱਤਾ ਇਹ ਵੀ ਅਸੀਂ ਆਪਣੀ ਕਮਾਈ ਨਾਲ ਨੀ ਲਿਆ ਅਸੀਂ 1-1.5 ਲੱਖ ਲਾਉਣ ਵਾਲੇ ਹੈ ਨੀ ਇਸ ਟਾਈਮ ਵੀ ਇਹਦੀ ਲੈ ਲਈ ਇੱਕਦਮ ਹੀ ਇਹ ਵੀ ਇਹਦੀ ਇਹਨੂੰ ਨਾਨੀ ਦੇ ਕੇ ਗਈ ਆ ਫੋਨ ਹੁਣ ਕਿਹੜਾ ਫੋਨ ਹੈ ਤੁਹਾਡੇ ਕੋਲ 12 Pro Max ਉਹੀ ਸਾਨੂੰ ਹੋ ਗਿਆ 2 ਸਾਲ ਹੋ ਗਿਆ ਉਹੀ ਚੱਲਦਾ ਉਹ ਵੀ ਇਹਦੀ ਨਾਨੀ ਇਹਨੂੰ ਲੈ ਕੇ ਗਈ ਉਸ ਵਾਰ ਕੋਈ ਇਦਾਂ ਦਾ ਮੂਮੈਂਟ ਰਿਹਾ ਹੋਵੇ ਆਫਟਰ ਮੈਰਿਜ ਕੋਈ ਲੜਾਈ ਝਗੜਾ ਕੋਈ ਫਨੀ ਗੱਲ ਲੜਾਈ ਝਗੜਾ ਤਾਂ ਸਾਡਾ ਬਹੁਤ ਹੁੰਦਾ ਸਾਡੇ ਡੌਗੀ ਜੇ ਅਸੀਂ ਲੜਦੇ ਆ ਮੈਂ ਇਹਦੇ ਹੱਥ ਚੁੱਕ ਦਮਾ ਜਾਏ ਤੂੰ ਇਦਾਂ ਫੜ ਲਵਾਂ ਕੱਪੜਿਆਂ ਤੋਂ ਉਹ ਮੈਨੂੰ ਇਦਾਂ ਨਾ ਮਾਸ ਲੈ ਜਾਂਦੇ ਮੇਰਾ ਲਾ ਕੇ ਵੀ ਪਿਆਰ ਮੈਨੂੰ ਹੀ ਕਰਦੇ ਆ ਜ਼ਿਆਦਾ ਸੋਹਣਾ ਇਹਦੇ ਨਾਲ ਵੀ ਲੜਨਾ ਨਹੀਂ ਬੈਠਣਾ ਵੀ ਇਹਦੇ ਨਾਲ ਬਸ ਲੜਨਾ ਨਹੀਂ ਇਹਨੂੰ ਹੀ ਮਾਰੋਗੇ ਮੈਨੂੰ ਮਾਰ ਇਹਨੂੰ ਕਦੀ ਵੀ ਨਹੀਂ ਮਾਰਿਆ ਮੇਰੇ ਆਹ ਚੀਜ਼ ਮੇਰੇ ਨਾ ਨੱਕ ਦੇ ਆਹ ਚੀਜ਼ ਇਦਾਂ ਹਾਫ ਕਰ ਦਿੱਤੀ ਸੀ ਇਹਨੇ ਮੈਂ ਲੜ ਪਿਆ ਸੀ ਇਹਨਾਂ ਇਦਾਂ ਬੈੱਡ ਤੇ ਸੀ ਕਰਦੇ ਤਾਂ ਮਜ਼ਾਕ ਹੀ ਸੀਗੇ ਉਹ ਮੈਂ ਨਾ ਇਹਦੇ ਢੇਡ ਤੇ ਬਹਿ ਕੇ ਇਦਾਂ ਦੇ ਮੱਥੇ 'ਚ ਐ ਕਰਨਾ ਭਾਈ ਮਾੜਾ ਜਿਹਾ ਬੋਲਣਾ ਬੋਲਣਾ ਉੱਚੀ ਬੋ ਨਹੀਂ ਬੋਲਣ ਦਿੰਦੇ ਵੀ ਤੂੰ ਉੱਚੀ ਕਿੱਦਾਂ ਬੋਲਦਾ ਬੋਲਦਾ ਇਹਨੂੰ ਉੱਚੀ ਇੰਨਾ ਪਿਆਰ ਕਰਦੇ ਬੋਲਣ ਨੂੰ ਕੀ ਬਾਤ ਹੈ ਲੜਾਈ ਤਾਂ ਸਾਡੀ ਅੱਧੀ ਅਸੀਂ ਦੋ ਜਾਣੇ ਆ ਲੜਾਈ ਤਾਂ ਸਾਡੀ ਇਹੀ ਖਤਮ ਕਰ ਦਿੰਦੇ ਆ ਮਤਲਬ ਕਹਿ ਦਿੰਦੇ ਨੇ ਕਿ ਜਾਨਵਰ ਵੀ ਆਪਣੀ ਫੈਮਿਲੀ ਦੇ ਹਿੱਸਾ ਹੋ ਜਾਂਦੇ ਨੇ ਸਾਡੇ ਨਾਲ ਸੌਂਦੇ ਆ ਭਾਜੀ ਕਈ ਕਰਦੇ ਆ ਨਾ ਕਿ ਹਾਏ ਨਹੀਂ ਇਦਾਂ ਨਹੀਂ ਹੁੰਦਾ ਰੋਟੀ ਖਾਣ ਅਸੀਂ ਭਾਜੀ ਖੋਲਣਾ ਚਾਹੁੰਦੇ ਜਿੱਦਾਂ ਵੀ ਇੰਨੇ ਜੋਗੇ ਹੋ ਗਏ ਨਾ ਵੀ ਜਿਹੜੇ ਡੌਗ ਬਾਹਰ ਆਵਾਰਾ ਕੋਈ ਸਾਂਭਦਾ ਨਹੀਂ ਨਾ ਕਿਸੇ ਨੂੰ ਇੰਜਰੀ ਹੋਈ ਹੁੰਦੀ ਕੁਛ ਵੀ ਅਸੀਂ ਸਾਡਾ ਡ੍ਰੀਮ ਆ ਇਹ ਅਸੀਂ ਖੋਲਣਾ ਚਾਹੁੰਦੇ ਆ
ਸਾਰੇ ਡੌਗ ਖਾਂਬਾਂਗੇ ਆਪਾਂ, ਮਤਲਬ ਜਿੰਨੇ ਜੋ ਜਿਹੜਾ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਹਾਂਜੀ ਆਪਣੇ ਚੱਲਦੇ ਨੇ ਨਾ ਡੌਗਸ ਦੀ ਕੇਅਰ ਕਰਦੇ ਹਾਂਜੀ, ਜਾਂ ਆਪਣੇ ਅਨਮੋਲ ਕਵਾਤਰਾ ਜੀ ਕਵਾਤਰਾ ਹਾਂਜੀ ਹੋਰ ਵੀ ਕਈ ਆਪਾਂ ਹਾਂਜੀ ਨਾ ਸਾਰਿਆਂ ਨੇ ਦੇਖ ਕੇ ਨਾ, ਮਤਲਬ ਦੇਖ ਕੇ ਨਹੀਂ ਇੱਕ ਸਾਡਾ ਪਿਆਰ ਆ ਬਸ, ਇੱਕ ਦਿਲੋਂ ਹੁੰਦਾ ਇੱਕ ਕਿਸੇ ਨੂੰ ਦੇਖ ਕੇ ਕਰਨਾ ਹੁੰਦਾ, ਮੈਂ ਕਹਿੰਦਾ ਕਿ ਅਗਰ ਕੋਈ ਦੇਖ ਕੇ ਵੀ ਕਰਦਾ ਹੈ ਉਹ ਵਧੀਆ ਚੀਜ਼ ਆ, ਵਧੀਆ ਚੀਜ਼ ਹੋਰ ਵੀ ਜਾਣੇ ਦੇਖਣਾ ਹੋਰ ਕਰਨ, ਮਾੜੀ ਚੀਜ਼ ਵੀ ਬੰਦਾ ਦੇਖ ਕੇ ਕਰਦਾ ਹੀ ਆ ਬਾਈ, ਚੰਗੀ ਚੰਗੀ ਕੋਈ ਕੋਈ ਕਰਦਾ ਬਾਈ, ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਹੈ, ਸਾਡਾ ਡ੍ਰੀਮ ਹੈ ਨਾ, ਹਾਂਜੀ ਇਹ ਕਰਾਂਗੇ, ਹਲੇ ਵੀ ਕਰਦੇ ਆ ਜਿੰਨਾ ਕਿ ਸਾਡੇ ਕੋਲ ਜੋਗੇ ਹੈਗੇ, ਬਾਹਰ ਕੋਈ ਡੌਗ ਮਿਲਦਾ ਜਾਂ ਕੁਛ ਵੀ ਅਸੀਂ ਕਰੀਦਾ, ਇਹ ਨਹੀਂ ਅਸੀਂ ਵੀਡੀਓ ਪਾ ਕੇ ਸ਼ੋ ਕਰੀਏ ਕਿਸੇ ਨੂੰ, ਪਰ ਅਸੀਂ ਸਭ ਕੁਝ ਕਰੀਦਾ ਕੈਮਰੇ ਤੋਂ ਲਈ, ਤੁਸੀਂ ਕੋਈ ਨੀ ਟਰਾਈ ਕਰੋ, ਮੈਂ ਤੁਹਾਨੂੰ ਕਹਿਣਾ ਚਾਹੁੰਗਾ ਕਿ ਅਗਰ ਵੀਡੀਓ ਵੀ ਮਤਲਬ ਲੋਕ ਤਾਂ ਕਹਿੰਦੇ ਹੀ ਰਹਿਣਗੇ ਕੁਛ ਨਾ ਕੁਛ, ਵੀਡੀਓ ਦੇ ਨਾਲ ਇਹ ਹੋ ਜਾਂਦਾ ਹੈ ਕਿ ਲੋਕਾਂ ਨੂੰ ਇੱਕ ਇੰਸਪੀਰੇਸ਼ਨ ਮਿਲਦੀ ਹੈ, ਮਿਲਦੀ ਹੈ ਕਿ ਹਾਂ ਵੀ ਅਗਰ ਉਹ ਕਰ ਸਕਦਾ ਤੇ ਅਸੀਂ ਵੀ ਕਰ ਸਕਦੇ ਹਨਾ, ਆਪਣੇ ਤੋਂ ਭਾਜੀ ਨੀਵੇਂ ਨੂੰ ਦੇਖ ਦੇਖ ਕੇ ਜੀਓ, ਆਪਣੇ ਤੋਂ ਉੱਚੇ ਨੂੰ ਦੇਖ ਕੇ ਨਾ ਜੀਓ, ਬਿਲਕੁਲ ਫੇਰ ਜੀਣਾ ਸਿੱਖਾਂਗੇ ਆਪਾਂ, ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲਾਂ ਚੱਲ ਰਹੀਆਂ ਨੇ ਸਾਡੇ ਪੋਡਕਾਸਟ ਵਿੱਚ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ, ਥੈਂਕ ਯੂ। ਸੋ ਪੂਜਾ ਐਂਡ ਗੁਰੀ ਜੀ ਬਹੁਤ ਸਵੀਟ ਕਪਲ ਹੋ ਤੁਸੀਂ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਮਜ਼ਾ ਆਇਆ, ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਸਬਸਕ੍ਰਾਈਬਰਸ ਨੂੰ ਆਪਣੇ ਵੱਲੋਂ ਸਾਡੇ ਚੈਨਲ ਬਾਰੇ ਕੁਛ ਕਹਿਣਾ ਚਾਹੁੰਦੇ ਹੋ, ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਪਲੀਜ਼। ਸਾਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਜਿੱਦਾਂ ਸਾਡੇ ਕੋਲ ਹੋਰ ਵੀ ਇੰਟਰਵਿਊ ਵਾਲੇ ਆਉਂਦੇ, ਜਿੱਦਾਂ ਸਾਡਾ ਉਹਨਾਂ ਇੰਨਾ ਘੋਲ ਮੇਲ ਨਹੀਂ ਉਹਨਾਂ ਨਾਲ ਹੋਇਆ ਜਿੰਨਾ ਤੁਹਾਡੇ ਨਾਲ, ਬਹੁਤ ਵਧੀਆ ਚੈਨਲ ਵੀ ਤੁਹਾਡਾ ਬਹੁਤ ਵਧੀਆ, ਬਹੁਤ ਵਧੀਆ ਕਹਿਦਾ ਕਿ ਸਿੱਧਾ ਮਾਈਕਰ ਵਧੀਆ ਲੱਗਾ ਤੁਹਾਡੇ ਨਾਲ। ਅਗਰ ਤੁਹਾਨੂੰ ਵੀ ਸਾਡਾ ਇੱਕ ਪੋਡਕਾਸਟ ਵਧੀਆ ਲੱਗਿਆ ਤਾਂ ਸਾਰੇ ਜਣੇ ਸ਼ੇਅਰ ਜ਼ਰੂਰ ਕਰ ਦਿਓ ਐਂਡ ਕਮੈਂਟ ਵੀ ਕਰ ਦਿਓ, ਤੇ ਅਗਰ ਹੋਰ ਵੀ ਤੁਸੀਂ ਇੱਦਾਂ ਦੇ ਪੋਡਕਾਸਟ ਦੇਖਣਾ ਚਾਹੁੰਦੇ ਹੋ ਤਾਂ ਯੂਟਿਊਬ ਚੈਨਲ ਦਾ ਨੇਮ ਹੈਗਾ ਇੰਦਰ ਸਿੰਘ ਪੋਡਕਾਸਟ, ਤੇ ਜ਼ਰੂਰ ਜਾ ਕੇ ਉਹਨਾਂ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਵੀ ਪੋਡਕਾਸਟ ਤੁਹਾਨੂੰ ਦੇਖਣ ਨੂੰ ਮਿਲਣਗੇ। ਬਿਲਕੁਲ ਬਿਲਕੁਲ ਹਾਂਜੀ, ਮੈਂ ਆਪਣੇ ਜੋ ਪੂਜਾ ਐਂਡ ਗੁਰੀ ਜੀ ਦੇ ਫੋਲੋਅਰਸ ਨੇ ਇੰਸਟਾਗ੍ਰਾਮ ਤੇ, ਮੈਂ ਦੇਖਣਾ ਚਾਹੁੰਦਾ ਕਿ ਉਹਨਾਂ ਦੀ ਕਿੰਨੀ ਕੁ ਪਾਵਰ ਹੈ, ਜੋ ਵੀ ਇਹਨਾਂ ਦੇ ਭੈਣ ਭਰਾ ਜੋ ਵੀ ਹਨ ਸ਼ੇਅਰ ਕਰ ਦਿਓ ਤੇ ਕਮੈਂਟ ਥੱਲੇ ਜਾ ਕੇ ਕਮੈਂਟ ਜ਼ਰੂਰ ਕਰਨਾ ਹੈ ਕਿ ਤੁਹਾਨੂੰ ਇਹ ਪੋਡਕਾਸਟ ਕਿਹੋ ਜਿਹਾ ਲੱਗਿਆ। ਹੁਣ ਤੱਕ ਦੇ ਲਈ ਇੰਨਾ ਹੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।